ਸਤਰੀਆ ਕਾਲ ਜੀ ਸਾਰਿਆਂ ਨੂੰ ਤੇ ਅਜੇ ਮਿੱਤਰਾਂ ਦੇ ਪੋਡਕਾਸਟ ਦਾ ਖੋਰ ਐਪੀਸੋਡ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਇਟਲੀ ਵਾਲਾ ਬਾਈ ਲਾਸਟ ਪੋਡਕਾਸਟ ਤੁਹਾਨੂੰ ਬਰਾਪਾ ਬੰਦੇ ਤਿੰਨ ਹੋ ਗਏ ਸੀ ਤਾਂ ਕਰਕੇ ਆਪਣੀ ਆਪਸ ਵਿੱਚ ਗੱਲਾਂ ਚੰਗੀ ਤਰ੍ਹਾਂ ਨਹੀਂ ਹੋਈਆਂ ਤੇ ਆਪਾਂ ਕਹਿ ਕਿ ਉਹਨਾਂ ਜਲਦੀ ਜਲਦੀ ਇੱਕ ਪੋਡਕਾਸਟ ਦੁਬਾਰਾ ਕਰ ਲਈਏ ਤੇ ਵੈਸੇ ਤਾਂ ਆਪਣਾ ਪੋਡਕਾਸਟ ਮੋਸਟ ਓਵੇਟਡ ਪੰਜਾਬੀ ਪੋਡਕਾਸਟ ਹੈ ਪਰ ਅੱਜ ਕੀ ਆਪਾਂ ਜਲਦੀ ਆ ਗਏ ਆ ਤੇ ਮੈਂ ਪਹਿਲਾਂ ਇਟਲੀ ਵਾਲੇ ਭਾਈ ਨੂੰ ਕਹੂੰਗਾ ਕਿ ਤੁਹਾਨੂੰ ਸਾਰਿਆਂ ਨੂੰ ਸਤਰੀਆ ਕਾਲ ਬੁਲਾ ਦੇ ਤੋ ਉਸ ਤੋਂ ਬਾਅਦ ਆਪਾਂ ਸ਼ੁਰੂ ਕਰੀਏ ਅਸਦਾ ਪੋਡਕਾਸਟ ਸਾਰੇ ਨੂੰ ਪਿਆਰ ਭਰੇ ਸਤਰੀਆ ਓਏ ਹੋਏ ਹੋਏ ਭਰਾ ਮੇਰਾ ਚਾਹ ਪੀ ਰਿਹਾ ਵੀ ਚਿੱਟੇ ਕੱਪ ਚ ਆਹ ਚਿੱਟੇ ਕੱਪ ਚ ਚਾਹ ਪੀ ਰਿਹਾ ਆ ਵਾਜੀ ਇੱਥੇ ਕਰਨੋ ਜਿਲਾਂ ਵਾਲੇ ਲਿਖ ਲੈਣਾ ਕਰਨੋ ਜਿਲਾਂ ਨੂੰ ਲਿਖ ਲੈਣਾ ਨਾ ਆਪਣੇ ਕੱਪ ਤੇ ਮੈਂ ਤੇ ਮੇਰੀ ਜਿਹਦਾ ਉਹ ਗਾਣੇ ਚ ਸੀਗਾ ਹੈ 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 ਕਿੰਨਾ ਰੋਮਾਂਟਿਕ ਬੰਦਾ ਭਰਾ ਮੇਰਾ ਹੈ ਕਵਾਰਾ ਹੈ ਨਾ ਸ਼ਰਮਾਂ ਨੂੰ ਪੂਰੇ ਕਰਦਾ ਨਾ ਡ੍ਰੀਮ ਲੈਂਦਾ ਐਦਾਂ ਲਿਖ ਲੈਣਾ ਮੈਂ ਜੂ ਐਨ ਕੋਈ ਨਹੀਂ ਵਿਆਹ ਹੋ ਗਿਆ ਬੱਚਾ ਤੈਨੂੰ ਪਤਾ ਲੱਗ ਜਾਏਗਾ ਕਵਾਰਾ ਮੈਂ ਸੋਚਦਾ ਕੋਈ ਨਾ ਕੋਈ ਦੇਖੂਗੀ ਹਨਾ ਦੇਖੂਗੀ ਕਿ ਹਾਂ ਯਾਰ ਫਰੈਸ਼ੀ ਕਵਾਰਾ ਹੈ ਕੋਈ ਗੱਲ ਨਹੀਂ ਤੇ ਸ਼ਾਇਦ ਕੋਈ ਚਾਂਸ ਮਾਝੇ ਮਜ਼ਾਕ ਕਰਨਿਆ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਪਾਜੀ ਹੋਰ ਸੁਣਾਓ ਇਟਲੀ ਦਾ ਤੁਹਾਡਾ ਕੀ ਹਾਲ ਚਾਲ ਹੈ ਕਿਦਾਂ ਕੀ ਹਿਸਾਬ-ਤਾਬ ਹੈ ਕਿਦਾਂ ਦਾ ਮਾਹੌਲ ਚੱਲ ਰਿਹਾ ਹੈ ਕਿਦਾਂ ਦਾ ਵੈਦਰ ਹੈ ਮਾਹੌਲ ਫਰੈਸ਼ੀ ਪਾਜੀ ਬਹੁਤ ਮਾੜਾ ਚੱਲ ਰਿਹਾ ਮਾਹੌਲ ਯੂਰਪ ਚ ਮਾੜਾ ਚੱਲ ਰਿਹਾ ਕਿਉਂਕਿ ਫਰੈਸ਼ੀ ਪਾਜੀ ਦੋ ਹੋ ਗਈਆਂ ਲੜਾਈਆਂ ਇੱਥੇ ਸੋਰੀ ਤੇਨ ਲੜਾਈਆਂ ਹੋ ਗਈਆਂ ਯੂਰਪ ਦੇ ਵਿੱਚ ਤੇਨ ਲੜਾਈਆਂ ਹੋ ਗਈਆਂ ਇੱਕ ਲੜਾਈ ਹੋਈ ਹੈ ਇਟਲੀ ਦੇ ਗੁਰੂ ਘਰ ਚ ਇੱਕ ਲੜਾਈ ਹੋਈ ਫਰਸ਼ੀ ਭਾਜੀ ਫਰਾਂਸ ਤੇ ਕਬੱਡੀ ਕੱਪ ਟੂਰਨਾਮੈਂਟ ਚ ਤੇ ਇੱਕ ਲੜਾਈ ਸਾਰਿਆਂ ਨੂੰ ਪਤਾ ਹੈ ਇੰਗਲੈਂਡ ਦੇ ਡਰਬੀ ਕਬੱਡੀ ਕੱਪ ਚ ਹੋਈ ਏ ਇਹਦੇ ਚਲੋ ਲੜਾਈਆਂ ਹੋਈਆਂ ਯੂਰਪ ਦੀਆਂ ਵੀਡੀਓ ਦੇ ਐਂਡ ਚ ਫਰਸ਼ੀ ਭਾਜੀ ਤੁਹਾਨੂੰ ਮੈਂ ਸਾਰੀ ਸਟੋਰੀ ਦੱਸਾਂਗਾ ਕਿ ਇਟਲੀ ਦੇ ਗੁਰਦਵਾਰੇ ਚ ਕਿਉਂ ਲੜਾਈ ਹੋ ਰਹੀ ਹੈ ਸਮਝੇ ਗੱਲ ਗੋਲਤ ਦੀ ਗੱਲ ਤੇ ਕੋਈ 23 24 ਸਾਲਾਂ ਦੀ ਸਟੋਰੀ ਚੱਲ ਰਹੀ ਤੁਹਾਨੂੰ ਮੈਂ ਉਹ ਸਟੋਰੀ ਸੁਣਾਵਾਂਗਾ ਵੀਡੀਓ ਦੇ ਐਂਡ 'ਚ ਪਰ ਉਸ ਤੋਂ ਪਹਿਲਾਂ ਵਰਜੀ ਪਾਜੀ ਅਸੀਂ ਗੱਲਬਾਤ ਕਰੀਏ ਫਿਲਮੀ ਜਗਤ ਦੀ ਤੇ ਸਾਨੂੰ ਬਹੁਤ ਸਾਰੇ ਭਰਾ ਮੈਸੇਜ ਕਰਕੇ ਕਹਿ ਰਹੇ ਸੀ ਕਿ ਮਸਤਾਨੇ ਫਿਲਮ ਦੀ ਗੱਲ ਕਰੋ ਅਸੀਂ ਵੈਸੇ ਤਾਂ 올ਰੇਡੀ ਗੱਲ ਕੀਤੀ ਹੋਈ ਕਿ ਮਸਤਾਨੇ ਫਿਲਮ ਵੇਖੋ ਹਨਾ ਪਰ ਕੋਈ ਨਹੀਂ ਤੁਹਾਨੂੰ ਦੱਸਾਂਗੇ ਨਾਦਰ ਸ਼ਾਹ ਬਾਰੇ ਦੱਸਾਂਗੇ ਜਿਹੜੇ ਮੁੰਡੇ ਨੇ ਉਹ ਫਿਲਮ ਪੜਾਈ ਹੈ ਨਾ ਉਹਦੇ ਬਾਰੇ ਫਰੈਸ਼ੀ ਪਾਜੀ ਬਹੁਤ ਘੱਟ ਗੱਲਾਂ ਬਤਾਉਂਦੀਆਂ ਨੇ ਚੈਨਲਾਂ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਮੁੰਡੇ ਨੇ ਫਿਲਮ ਬਣਾਈ ਹੈ ਡਾਇਰੈਕਟ ਕੀਤੀ ਤੇ ਸਭ ਤੋਂ ਪਹਿਲਾਂ ਫਿਲਮ ਫਰਜੀ ਭਾਜੀ ਫਿਲਮੀ ਜਗਤ ਦੀ ਗੱਲਬਾਤ ਕਰੀ ਹੈ ਏ ਪੀ ਢਿੱਲੋ ਦੀ ਡਾਕੂਮੈਂਟਰੀ ਆਈ ਹੈ Amazon ਤੇ ਹਾਂਜੀ ਭਾਈ ਦੇਖੀ ਤੁਸੀਂ ਨਹੀਂ ਮੈਂ ਨਹੀਂ ਵੇਖੀ ਯਾਰ ਉਹ ਹੈ ਅੰਗਰੇਜ਼ੀ ਜੀ ਮੈਨੂੰ ਸਮਝ ਨਹੀਂ ਆਈ ਮੈਂ 10 ਮਿੰਟ ਦੀ ਵੇਖੀ ਪਹਿਲਾਂ ਤਾਂ ਉਹਨੇ ਬੋਲੀ ਪੰਜਾਬੀ ਏ ਪੀ ਢਿੱਲੋੜੇ ਉਹ ਮੈਨੂੰ ਸਮਝ ਲੱਗੀ ਜਿਵੇਂ ਪਿੰਡ ਜਾਂਦਾ ਆਪੜੇ ਮੈਂ ਦੇਖੀ ਅੱਛਾ ਦੱਸੋ ਫਰਜੀ ਭਾਜੀ ਕਿੰਸੀ ਹਾਂ ਵੀ ਵੈਬ ਸੀਰੀਜ਼ ਤਾਂ ਬਹੁਤ ਸਹੀ ਹੈ ਭਾਜੀ ਪਰ ਉਹ ਵੈਬ ਸੀਰੀਜ਼ ਇਦਾਂ ਲੱਗਦੀ ਏਕਰ ਯਾਰ ਦੋਸਤਾਂ ਨੇ ਨਾ ਬਣਾਈ ਹੋਈ ਆ ਨਾ ਕਿ Amazon Prime ਨੇ ਕਿਉਂਕਿ ਉਹ ਉਸ ਟਾਈਮ ਦੀ ਜਰਨੀ ਆ ਜਦੋਂ ਤੱਕ ਕਿ ਉਹ ਐਪ ਢਿੱਲੋ ਇਨਾ ਹਿੱਟ ਵੀ ਨਹੀਂ ਹੋਇਆ ਸੀ ਸੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਵੈਬ ਸੀਰੀਜ਼ ਨੂੰ ਏਦਾਂ ਹੀ ਫਲੋ ਚ ਬਣਾਇਆ ਗਿਆ ਵਾ ਕਿ ਉਹਨੇ ਸ਼ੋ ਸ਼ੂ ਕੀਤੇ ਪਹਿਲਾਂ ਇੰਡੀਆ ਸ਼ੋ ਕੀਤੇ ਵਿੱਚ ਸਿੱਧੂ ਦੀ ਇੱਕ ਰੀ ਗੱਲ ਹੁੰਦੀ ਆ ਬਾਅਦ ਚ ਉਹਨੇ ਇੱਥੇ ਸ਼ੋ ਕੀਤੇ ਉਦਾਂ ਸਾਰਾ ਬਣਾਇਆ ਗਿਆ ਬਾਅਦ ਚ Amazon Prime ਨੇ ਖਰੀਦੀ ਆ ਤੇ ਨਹੀਂ ਵਧੀਆ ਸੀ ਮਤਲਬ ਕਿ ਜੇ ਤੁਸੀਂ ਕਹੇਂਗੀ ਆਪਣੀ ਜ਼ਿੰਦਗੀ ਚ ਮੈਂ ਕੁਝ ਕਰਨਾ ਚਾਹੁੰਨਾ ਵਧੀਆ ਚੀਜ਼ ਤੇ ਤੁਸੀਂ ਉਤੋਂ ਇਨਸਪਾਇਰ ਹੋ ਸਕਦੇ ਹੋ ਕਿ ਜੇ ਆਮ ਘਰ ਦਾ ਬੰਦਾ ਉੱਠ ਕੇ ਇੰਨਾ ਫੇਮਸ ਹੋ ਸਕਦਾ ਤੇ ਆਪਾਂ ਕਿਉਂ ਨਹੀਂ ਹੋ ਸਕਦੇ ਬੇਲੇ ਕੋਲ ਫਰੈਸ਼ੀ ਪਾਜੀ ਤੂੰ ਵੇਖ ਫੇਮਸ ਤੇ ਚੜਾ ਹੋਇਆ ਹੋਇਆ ਐ ਪੀ ਢਿੱਲੋ ਉੱਥੇ ਕੌਂਟਰੋਵਰਸੀ ਬੜੀ ਹੋ ਰਹੀ ਏ ਆ ਤਿੰਨ ਚਾਰ ਦਿਨ ਹੋ ਗਏ ਨੇ ਉਹਨੇ ਬੂਟ ਪਾਲੇ ਜੀ ਫਰੈਸ਼ੀ ਪਾਜੀ ਕਾਜ਼ਾ ਬਲੰਕਾ ਕੰਪਨੀ ਤੇ ਜਿਹੜੇ ਤਿੰਨ ਰੰਗੀ ਨੇ orange ਚਿੱਟੇ ਤੇ ਹਰੇ ਤਿਰੰਗੇ ਵਰਗੇ ਲੱਗਦੇ ਨੇ ਆਹੋ ਆਹ ਉਹਦੇ ਤੇ ਅੰਦ ਭਗਤ ਫਰੈਸ਼ੀ ਪਾਜੀ ਉਹਨੂੰ ਖਾਲਿਸਤਾਨੀ ਗद्दार ਬੜਾ ਕੁਛ ਕਹੀ ਜਾ ਰਹੇ ਨੇ ਤੇਰਾ ਇਸ ਉੱਤੇ ਕੀ ਕਹਿਣਾ ਫਰੈਸ਼ੀ ਪਾਜੀ ਬਈ ਉਹ ਕੰਟਰੋਵਰਸੀ ਤੋਂ ਉੱਤੋਂ ਸ਼ੁਰੂ ਹੋਈ ਨਾ ਕਿਸੇ ਨੇ ਰੀਲ ਪਾਈ ਸੀਗੀ ਕਿਸੇ ਵੀ ਪੰਜਾਬੀ ਸਿੰਗਰ ਨੇ 인ਡੀਪੈਂਡੈਂਸ ਡੇ ਪੋਸਟ ਨਹੀਂ ਪਾਈ ਭਾਵੇਂ ਉਹ ਕਰਨੋਜਲਾ ਹੋਵੇ ਭਾਵੇਂ ਸ਼ੁਭ ਹੋਵੇ ਭਾਵੇਂ ਹੋਰ ਵੀ ਜਿੰਨੇ ਪੰਜਾਬੀ ਆਰਟਿਸਟ ਨੇ ਕਿਸੇ ਨੇ ਵੀ ਇੰਡੀਪੈਂਡੈਂਸ ਦੀ ਪੋਸਟ ਪਾਈ ਤੋਂ ਬਾਅਦ ਸਾਰੇ ਪਿੱਟਲ ਵੱਲ ਹੋ ਗਏ ਕਿ ਉਹਨੇ ਬੂਟ ਪਾਏ ਆ ਸੰਤਰੀ ਚਟਾ ਤੇ ਹਰਾੜਾ ਤੇ ਜਿਹੜੀ ਕੰਪਨੀ ਦੇ ਬੂਟ ਦੱਸੇ ਹਨ ਉਹ ਤਾਂ ਬਈ ਉਹਨੇ ਆਪਣੇ ਸ਼ਰਟ ਦੇ ਨਾਲ ਮੈਚਿੰਗ ਕਰਕੇ ਪਾਇਆ ਮੈਨੂੰ ਲੱਗਦਾ ਕਿ ਉਹਦਾ ਕੋਈ ਵੀ ਇੰਟੈਂਸ਼ਨ ਹੋਊਗਾ ਇਦਾਂ ਦੀ ਗੱਲ ਕਰਨ ਦਾ ਪਰ ਲੋਕੀ ਤੁਹਾਨੂੰ ਪਤਾ ਅੰਧਪਗਤ ਜਦੋਂ ਇੱਕ ਪਾਸੇ ਚੀਜ਼ ਪੈ ਜਾਣ ਉਹ ਪੈ ਜਾਂਦੇ ਨੇ ਤੇ ਉਧਰ ਚੱਕ ਚੱਕ ਕੇ ਉਹਨਾਂ ਨੇ ਪਾਈ ਗਏ ਤੇ ਨਾਲੇ ਬਾਕੀ ਇਹ ਵੀ ਗੱਲ ਹੈ ਕਿ ਪੰਜਾਬੀ ਸਿੰਗਰਾਂ ਨੇ ਕਿਉਂ ਨਹੀਂ ਪੋਸਟ ਪਾਈ ਯਾਰ ਪੰਜਾਬੀ ਸਿੰਗਰ ਕਾਦੀ ਪੋਸਟ ਪਾਉਣ ਦਲਜੀਤ ਕਾਦੀ ਪੋਸਟ ਪਾਵੇ ਕਿ ਸਾਡੇ ਇੱਥੇ ਵੰਡ ਹੋਈ ਹੈ ਸਾਡੇ ਇੰਨੇ ਲੋਕ ਮਰੇ ਨੇ ਕਿੰਨੇ ਕਿੰਨੇ ਲੱਖ ਦੇ ਕਰੀਬ ਲੋਕ ਮਰੇ ਸੀ ਭਈ 1947 ਦੀ ਵੰਡ ਚ ਸ਼ਾਇਦ ਤੁਹਾਨੂੰ ਪਤਾ ਹੋਵੇ ਆ ਵਾਵਾ ਯਾਰ ਉਹ ਲੱਖਾਂ ਲੱਖਾਂ ਦੀ ਗਿਣਤੀ ਹੈ ਉਹਨਾਂ ਦੀ ਪੋਸਟ ਪਾਉਣ ਕੀ ਬਹੁਤ ਬਹੁਤ ਬਤਾਈ ਹੋਵੇ ਅੱਜ ਦੇ ਦਿਨ ਦੀ ਸੋ ਤਾਂ ਨਹੀਂ ਬਾਈ ਤਾਂ ਤੁਸੀਂ ਬਈ ਕਿਦਾਂ ਦੇਖਦੇ ਹੋ ਕਿ ਜੋ ਆ ਟਵਿੱਟਰ ਤੇ ਚੱਲ ਰਿਹਾ ਪਿਆਬੀ ਸਿੰਘਰਾ ਬਾਰੇ ਜਾਂ ਏਪੀ ਢੱਲੋਂ ਦੇ ਫੋਟੋ ਬਾਰੇ ਤੁਸੀਂ ਕੀ ਸੋਚਦੇ ਹੋ ਚੀਜ਼ ਬਾਰੇ ਸੋਚਣਾ ਛੱਕੂ ਫਰੇਜੀ ਪਾਜੀ ਜੀ ਤੂੰ ਮੇਰੇ ਵਾਸਤੇ ਖੜੇਗਾ ਇੱਕ ਮੁੰਡੇ ਨੇ ਆਪਣੇ ਯਾਰ ਦੋਸਤ ਵਾਸਤੇ ਗੁੱਟ ਦੇ ਦਿੱਤਾ ਤੇ ਤੂੰ ਇੱਥੇ ਤੇਰੇ ਕੋਲ ਬਹੁਤ ਬਹੁ ਹੈ ਬਹੁਤ ਜਿਗਰਾ ਮੈਂ ਵੇਖੀ ਵੀਡੀਓ ਉਹਦੀ ਨਵਤੇਜ ਗੱਗੂ ਦੇ ਕੋਲ ਬੈਠੇ ਸੀ ਦੋਵੇਂ ਬੰਦੇ ਆਹੋ ਤੇ ਕਹਿੰਦਾ ਕਿ ਮੇਰੇ ਯਾਰ ਦੇ ਜੇ ਗੁੱਟ ਲੱਗ ਗਿਆ ਤਾਂ ਮੇਰੀ ਮੇਰੀ ਲਈ ਉਹੀ ਸਭ ਤੋਂ ਵੱਡੀ ਖੁਸ਼ੀ ਹੈ ਤੇ ਭਾਈ ਤੁਹਾਨੂੰ ਲੱਗਦਾ ਇਸ ਚੀਜ਼ ਚ ਸੱਚਾਈ ਹੋ ਸਕਦੀ ਹੈ ਕਿਉਂਕਿ ਮੀਡੀਆ ਆਇਆ ਸੀ ਜਾਂ ਕੁਝ ਵੀ ਤੁਹਾਨੂੰ ਲੱਗਦਾ ਇਸ ਚੀਜ਼ ਕੀ ਸਹੀ ਹੈ ਕਹਿੰਦਾ ਕਿ ਮੇਰੇ ਘਰ ਦੇ ਨੂੰ ਕੋਈ ਪਰਵਾਹ ਨਹੀਂ ਮੇਰੇ ਘਰ ਦੇ ਮੰਨੇ ਨਾ ਮੰਨੇ ਮੈਂ ਮਨਾ ਲੂੰਗਾ ਮੈਂ ਯਾਰ ਦੇ ਗੁੱਟ ਲੱਗਣਾ ਦੇਖਣਾ ਚਾਹੁੰਦਾ ਅੱਗੇ ਯਾਰ ਵੀ ਮੰਨ ਗਿਆ ਕਹਿੰਦਾ ਮੈਂ ਤੇਰਾ ਗੁੱਟ ਲੈ ਲੂੰਗਾ ਕੋਈ ਗੱਲ ਨਹੀਂ ਇਹਨੇ ਬੜਾ ਮੱਪਾ ਮੇਰੇ ਤੇ ਜ਼ੋਰ ਲਾਇਆ ਤੁਸੀਂ ਉਹ ਚੀਜ਼ ਨੂੰ ਕਿੱਦਾਂ ਦੇ ਦੇ ਕਿ ਇਹ ਗੱਲ ਸੱਚਾਈ ਹੋ ਸਕਦੀ ਹੈ ਕਿਉਂਕਿ ਮੈਨੂੰ ਕਦੇ ਨਾ ਕਦੇ ਕੰਮ ਵਿੱਚੋਂ ਲੱਗ ਰਿਹਾ ਸੀ ਕਿ ਥੋੜਾ ਕਿ ਸੀ ਜੀ ਆ ਕੰਮ ਥੋੜਾ ਜਿਹਾ ਸਹੀ ਜਿਹਾ ਨਹੀਂ ਹੋਇਆ। ਅ ਨਹੀਂ ਫਰਸ਼ੀ ਭਾਜੀ ਉਹ ਮੁੰਡੇ ਨੇ ਖਬਰ ਤਾਂ ਸੱਚੀ ਏ ਮੁੰਡੇ ਨੇ ਗੁੱਟ ਦੇਣ ਦੀ ਵਾਦਾ ਕੀਤਾ ਆਪਣੇ ਦੋਸਤ ਨੂੰ ਪਰ ਲੋਕੀ ਸਵਾਲ ਪਤਾ ਕਿੱਥੇ ਠਾ ਰਹੇ ਨੇ। ਸਵਾਲ ਇਸ ਗੱਲ ਤੇ ਠਾ ਰਹੇ ਨੇ ਕਿ ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਨਾ ਤੇ ਬੰਦੇ ਨੂੰ ਆਪੇ ਸ਼ਰਮ ਕਰ ਲੈਣੀ ਚਾਹੀਦੀ ਏ। ਮੁੰਡੇ ਨੇ ਜਿਗਰਾ ਕੀਤਾ ਆ ਆਪਣੇ ਯਾਰ ਦੋਸਤ ਦੀ ਯਾਰੀ ਪਿੱਛੇ ਕਿ ਤੂੰ ਮੇਰਾ ਗੁੱਟ ਲੱਲਾ ਯਾਰ ਇਹ ਕਿਹੜੀ ਗੱਲ ਏ। ਪਰ ਅਗਲੇ ਬੰਦੇ ਨੂੰ ਵੀ ਚਾਹੀਦਾ ਕਿ ਮੈਂ ਥੈਂਕਸ ਕਹਾਂ ਉਹਦਾ ਬੜਾ ਬੜਾ ਸ਼ੁਕਰੀਆ ਯਾਰ ਤੂੰ ਮੇਰੇ ਵਾਸਤੇ ਨਾ ਸੋਚਿਆ ਪਰ ਮੇਰਾ ਇੱਕ ਗੁੱਟ ਕੰਮ ਸਿਆਣੇ ਬੰਦੇ ਕਹਿ ਰਹੇ ਨੇ ਚਲੋ ਜੇ ਦੋਨੇ ਗੁੱਟ ਵੱਡੇ ਹੁੰਦੇ ਨਾ ਫੇਰ ਤੇ ਇੱਕ ਦੇ ਦਾਂਦਾ ਤੇ ਫੇਰ ਵੀ ਸੈਂਸ ਬੰਦੀ ਏ ਹੁਣ ਉਹਦਾ ਇੱਕ ਗੁੱਟ ਨਾ ਸਰ ਸਕਦਾ ਤੇ ਮੰਨ ਲੈ ਉਹ ਯਾਰ ਨੇ ਤੇ ਗੁੱਟ ਦੇ ਦਿੱਤਾ ਤੇ ਜਦੋਂ ਹੁਣ ਇਹਦੇ ਦੋਨੇ ਗੁੱਟ ਲੱਗ ਗਏ ਤੇ ਜਿਹੜਾ ਪਾਹिज ਹੋ ਜਨੈ ਉਹਨੂੰ ਜਦੋਂ ਵੇਖਿਆ ਕਰੇਗਾ ਤੇ ਉਹਨੂੰ ਫਿਰ ਨਹੀਂ ਆ ਕਰੇਗਾ ਵੀ ਯਾਰੇ ਨੇ ਮੇਰਾ ਗੁੱਟ ਦਿੱਤਾ ਸੀ ਵੀ ਚਲੋ ਇਹ ਤਾਂ ਤੇ ਕੁਦਰਤ ਹੀ ਹੋਇਆ ਨਾ ਵੀ ਕਿਹੜਾ ਇਹਦੇ ਘਰ ਕੰਮ ਕਰਦਾ ਸੀ ਉਹ ਹੁੰਦਾ ਨਾ ਕਈ ਕੰਪਨਸੇਸ਼ਨ ਦਿੰਦੇ ਨੇ ਵੀ ਤੂੰ ਸਾਡੇ ਘਰ ਕੰਮ ਕਰਦਾ ਪਿਆ ਸੀ ਤੇਰਾ ਟੋਕੇ 'ਚ ਹੱਥ ਆ ਗਿਆ ਤੇ ਹੁਣ ਤੂੰ ਪੈਸਾ ਨੂੰ ਪੈਸੇ ਦੇ ਜਾਂ ਕੁਛ ਦੇ ਇਹ ਯਾਰੀ ਦੋਸਤੀ ਇਹ ਕਿਹੜਾ ਉਹਨਾਂ ਦੇ ਘਰ ਪੱਠੇ ਪੰਦਾ ਹੀਆਂ ਕਿਹੜਾ ਉਹਨਾਂ ਦੇ ਘਰ ਥੱਲੇ ਕੰਮ ਕਰਦਾ ਇਹ ਯਾਰੀ ਦੋਸਤੀ ਸੀ ਤੇ ਸਾਰੇ ਬੰਦੇ ਕਹਿੰਦੇ ਨੇ ਕਿ ਦੂਸਰੇ ਯਾਰ ਨੂੰ ਮਤਲਬ ਕਿ ਸਟੈਂਡ ਲੈਣਾ ਚਾਹੀਦਾ ਉਹਨੂੰ ਦਾ ਐਕਸੈਪਟ ਨਹੀਂ ਕਰਨੀ ਚਾਹੀਦੀ ਵੀ ਜੇ ਉਹਨੇ ਜਿਗਰਾ ਕਰ ਹੀ ਦਿੱਤਾ ਬਿਲਕੁਲ ਬਿਲਕੁਲ ਪਰ ਉਹ মিডিਆ ਵਾਲੇ ਕੁਝ ਹੋਰ ਹੀ ਐਂਗਲ ਦੀ ਯਾਰ ਰਹੀ ਸੀ ਉਹਨਾਂ ਨੇ ਕਿ ਤੂੰ ਦੱਸ ਉਹ মিডিਆ ਵਾਲਾ ਬੜਾ ਸਵਾਲ ਰਿਆ ਨਹੀਂ ਨਹੀਂ ਇਦਾਂ ਥੋੜੀ ਹੋਸਦਾ ਤੁਹਾਡੇ ਘਰ ਦੇ ਮੰਦੇ ਨਹੀਂ ਨਹੀਂ ਭਾਜੀ ਆਪਣੀ ਮਾਂ ਥੋੜੀ ਮੰਨ ਸਕਦੀ ਉਹ মিডিਆ ਵਾਲੇ ਹੋਰ ਹੀ ਤਰ੍ਹਾਂ ਸਵਾਲ ਹੀ ਯਾਰ ਰਿਆ ਸੀ ਬਾਕੀ ਕੀ ਪਤਾ ਕੀ ਸਟੋਰੀ ਹੈ ਬਟ ਮੈਨੂੰ ਭਾਜੀ ਵਿੱਚ ਥੋੜਾ ਝੋਲ ਲੱਗਾ ਸ਼ਾਇਦ ਤੁਹਾਨੂੰ ਰੀਅਲ ਲੱਗੀ ਹੋਵੇ ਤੇ ਗੱਲ ਵੱਖਰੀ ਹੈ ਤੇ ਇੱਕ ਭਾਜੀ ਫਿਲਮ ਆ ਰਹੀ ਹੈ ਜੂਨੀਅਰ ਜਿੱਦਨ ਮੈਂ ਓਮੇਗਾ 2 ਨਹੀਂ ਦੇਖਣ ਗਿਆ ਸੀ ਉਦੋਂ ਦਾ ਟ੍ਰੇਲਰ ਚੱਲਿਆ ਤੇ ਉਸ ਤੋਂ ਪਹਿਲਾਂ ਮੈਂ ਟ੍ਰੇਲਰ ਟੀਵੀ ਤੇ ਕਦੇ ਨਹੀਂ ਦੇਖਿਆ ਸੀ ਉਸਨੂੰ ਵਿੱਚ ਚੱਲਿਆ ਹੋਇਆ ਟ੍ਰੇਲਰ ਤੇ ਭਾਜੀ ਮਲਕੀ ਨੈਕਸਟ ਲੈਵਲ ਲੱਗ ਰਹੀ ਹੈ ਯਾਰ ਦੇਖਣ ਨੂੰ ਇਹ ਚੀਜ਼ ਤੇ ਜਿਹੜਾ ਟ੍ਰੇਲਰ ਦਾ ਮੈਂ ਵੀ ਕਿਹਾ ਟ੍ਰੇਲਰ ਨਾ ਫਿਲਮ ਨੇ ਰਿਲੀਜ਼ ਵੀ ਹੋ ਗਈ 18 ਅਗਸਤ ਦੀ ਫਿਲਮ ਦਾ ਰਿਵਿਊ ਸੋਹਣੇ ਆਏ ਨੇ ਕਿ ਫਿਲਮ ਸੋਹਣੀ ਹੈ ਚਲੋ ਇੰਨਾ ਹੰਗਾਰਾ ਨਹੀਂ ਇਹਨੂੰ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਪਰ ਪੰਜਾਬੀ ਫਿਲਮ ਹੈ ਕੋਈ ਵੀ ਇਹਨੂੰ ਵੇਖ ਕੇ ਉਹਦੇ ਟ੍ਰੇਲਰ ਨੂੰ ਵੇਖ ਕੇ ਨਹੀਂ ਕਹਿੰਦਾ ਕਿ ਇਹ ਪੰਜਾਬੀ ਫਿਲਮ ਦਾ ਟ੍ਰੇਲਰ ਹੈ ਸਾਰੇ ਇਹੀ ਕਹਿੰਦੇ ਨੇ ਹਾਲੀਵੁੱਡ ਦਾ ਤੇ ਉਹਦਾ ਐਕਟਰ ਉਹ ਵੇ ਜਿਹੜਾ ਮੁੰਡੇ ਆ ਮੋੜ ਨਹੀਂ ਆਈ ਸੀ ਉਹਦੇ ਚ ਅੰਗਰੇਜ਼ ਪੁਲਿਸ ਵਾਲਾ ਨਹੀਂ ਬਣਿਆ ਸੀ ਉਹ ਐਕਟਰ ਐਮੀ ਕਵੀਰ ਕੋ ਦਾ ਨਾ ਐਮੀ ਕਵੀਰਕ ਐਮੀ ਕ ਤੇ ਚੰਗਾ ਮੁੰਡਾ ਫਰੇਸ਼ ਭਾਜੀ ਚੰਗੀ ਮਿਹਨਤ ਕੀਤੀ ਏ ਫਿਲਮ ਵੇਖਿਓ ਸਾਰੇ ਜਿਹਨੇ ਜੂਨੀਅਰ ਸੋਨੀ ਫਿਲਮ ਬਣਾਈ ਏ ਤੇ ਫਰੇਸ਼ ਭਾਜੀ ਫਿਲਮਾਂ ਦੀ ਆਪਾਂ ਗੱਲਬਾਤ ਕਰ ਹੀ ਰਹੇ ਆ ਤੇ ਮਸਤਾਨੇ ਫਿਲਮ ਆ ਰਹੀ 25 ਤਰੀਕ ਨੂੰ ਹਨਾ ਮੇਰਾ ਇਰਾਦਾ ਸੀ ਕਿ 25 ਤਰੀਕ ਤੋਂ ਪਹਿਲਾਂ ਪਹਿਲਾਂ ਨਾ ਇਹ ਪੋਡਕਾਸਟ ਕੀਤਾ ਜਾਵੇ ਅਸੀਂ ਤਾਂ ਪੋਡਕਾਸਟ ਕਰ ਰਹੇ ਅਸਲ 'ਚ ਵੀ ਸਾਰੇ ਯਾਰਾ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਕਹਿ ਦਈਏ ਵੀ ਮਸਤਾਨੇ ਫਿਲਮ ਜ਼ਰੂਰ ਵੇਖਿਓ ਕਿਉਂਕਿ ਸਾਡੇ ਇਤਿਹਾਸ ਨਾਲ ਜੁੜੀ ਏ ਇਦਾਂ ਦੀ ਇਹ ਫਿਲਮਾਂ ਬਹੁਤ ਜ਼ਰੂਰਤ ਹੈ ਸਾਡੇ ਸਮਾਜ ਨੂੰ ਹਨਾ ਤੇ ਫਰੇਸ਼ ਭਾਜੀ ਇਹ ਜਿਹੜੇ ਫਿਲਮ ਜਿਹੜ ਉਹ ਮੁੰਡਾ ਉਹ ਮੁੰਡੇ ਨੇ ਕਿ ਕੀ ਕੀ ਕੰਮ ਕੀਤਾ ਪਹਿਲਾਂ ਮੈਂ ਤੁਹਾਨੂੰ ਉਹ ਮੁੰਡੇ ਦੇ ਕੰਮ ਦੱਸਾਂ ਪਹਿਲਾਂ ਉਹ ਮੁੰਡਾ ਨਵਾਂ ਨਹੀਂ ਹੈ ਤੁਸੀਂ ਉਹਨੂੰ ਸਾਰਿਆਂ ਨੂੰ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਮੁੰਡੇ ਨੂੰ ਫ੍ਰੈਸ਼ੀ ਭਾਜੀ ਇੱਕ ਆਪਾ ਪੋਸਟਰ ਨਹੀਂ ਵੇਖਦੇ ਹਰੀ ਸਿੰਘ ਨਲੂਏ ਦਾ ਬੜਾ ਮਸ਼ਹੂਰ ਉਹ ਸ਼ੇਰ ਦੇ ਮੂੰਹ 'ਚ ਹੱਥ ਪਾ ਕੇ ਦਾ ਪਾੜ ਰਿਹਾ ਐ ਐਸ਼ ਹਣਾ ਹਾਂ ਹਾਂ ਦੇਖੋ ਬਹੁਤ ਚਰਮ ਉਹ ਇਸ ਇੱਕ ਉਹ ਇਸ ਡਾਇਰੈਕਟਰ ਨੇ ਬਣਾਇਆ ਸੀ ਹਾਂ ਹਾਂ ਠੀਕ ਆ ਹਾਂ ਉਹ ਪੋਸਟਰ ਇਸ ਡਾਇਰੈਕਟਰ ਨੇ ਬਣਾਇਆ ਸੀ ਤੇ ਫੇਰ ਮੁੰਡਾ ਸਰਦਾਰਾਂ ਦਾ ਇੱਕ ਗਾਣਾ ਨਹੀਂ ਸੀ ਰਣਜੀਤ ਬਾਵੇ ਦਾ ਤੇ ਅਰਦਾਸ ਫਿਲਮ ਆਈ ਸੀ ਉਹਨਾਂ ਸਾਰਿਆਂ ਦੇ ਪੋਸਟਰ ਇਹ ਮੁੰਡੇ ਨੇ ਬਣਾਏ ਸੀ ਤੇ ਤੁਸੀਂ ਇੰਸਟਾਗ੍ਰam ਤੇ ਵੀ ਇਹ ਮੁੰਡੇ ਦੇ ਵੇਖਿਓ ਪੇਜ ਬੜੇ ਸੋਹਣੇ ਸੁਹਣੇ ਆ ਨਾ ਫੋਟੋਆਂ ਬਣਾਉਂਦਾ ਬੜੀ ਕਲਾ ਐਸ ਮੁੰਡੇ ਚ ਤੇ ਇਹਨੇ ਫਿਲਮ ਡਾਇਰੈਕਟ ਕੀਤੀ ਸ਼ਰਨਦੀਪ ਸਿੰਘ ਨਾ ਇਹਦਾ ਇਹਨੇ ਰੱਬ ਦਾ ਰੇਡੀਓ 2 ਵੀ ਕੀਤੀ ਏ ਗੱਲ ਵਕੜੀ ਵੀ ਪਹਿਲਾਂ ਡਾਇਰੈਕਟ ਕੀਤੀ ਏ ਤੇ ਇਹਦੀ ਤੀਸਰੀ ਫਿਲਮ ਐ ਇਹ ਮਸਤਾਨੇ ਬੜੀ ਰਿਸਰਚ ਕੀਤੀ ਇਤਿਹਾਸ ਚ ਗੱਲ ਸਿਰਫ ਜਿਹੜੇ ਇਹਨਾਂ ਦੀ ਹੈ ਨਹੀਂ ਮੀਰਾਲਮਾ ਦੀ ਮਰਦਾਨੇ ਕਿਆਂ ਦੀ ਪੰਡਾਂ ਦੀ ਗੱਲ ਸਿਰਫ ਇਤਿਹਾਸ ਚ ਇਹਨਾਂ ਦੇ ਚਾਰ ਲੈਣਾ ਦੀ ਗੱਲ ਹੈ ਫਰੇਸ਼ ਭਾਜੀ ਸਿਰਫ ਚਾਰ ਲੈਣਾ ਦੀ ਵੀ ਮਾੜਾ ਜਿਹਾ ਜ਼ਿਕਰ ਹੈ ਰਦਾ ਵੀ ਉੱਥੇ ਇੱਕ ਇਦਾਂ ਦਾ ਵਾਕਿਆ ਆਇਆ ਸੀ ਨਾਦਰ ਸ਼ਾਹ ਜਦੋਂ ਲੰਘਾ ਲੱਗਾ ਸਮਝਿਆ ਗੱਲ ਪਰ ਉਸ ਤੇ ਐਡਾ ਵੱਡਾ ਵਿਜ਼ਨ ਲੈਣਾ ਬੜੀ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਫਰੇਸ਼ੀ ਭਾਜੀ ਵੀ ਚਾਰਕ ਲੈਣਾ ਨੂੰ ਫਿਲਮ ਦਾ ਰੂਪ ਦੇਣਾ ਬਹੁਤ ਵੱਡੀ ਗੱਲ ਹੈ ਤੇ ਫਰੇਸ਼ੀ ਭਾਜੀ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਾਂ ਪਿਛਲੀ ਆਪਾਂ ਵੀਡੀਓ ਨੇ ਬਣਾਈ ਪੋਡਕਾਸਟ ਪਰ ਅੱਜ ਆਪਾਂ ਉਹਦੇ ਚ ਸੁੱਖ ਜੋਲ ਦੀ ਗੱਲ ਕੀਤੀ ਵੀ ਸੁੱਖ ਜੋਲ ਜਿਹੜਾ ਉਹਨੇ ਇੱਕ ਕਰੈਕਟਰ ਕੀਤਾ ਹੈ ਨਾ ਸਰਦਾਰ ਬੰਦੇ ਦਾ ਤੇ ਮੁੜ ਕੇ ਉਹਨੇ ਫੇਰ ਅਗਲੇ ਦਿਨ ਲਾਲਿਆ ਹੈ ਨਾ ਧਮਾਲਾ ਤੇ ਅਸੀਂ ਕਿਹਾ ਵੀ ਤਾਂ ਧਮਾਲੇ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਇਹ ਮੈਨੂੰ ਕਮੈਂਟ ਆਇਆ ਫਰਸ਼ੀ ਭਾਜੀ ਦੇ ਲੈ ਕਹਿੰਦਾ ਹੁਣ ਮਰਦਾ ਉਹ ਮਸਤਾਨੇ ਫਿਲਮ ਵੀ ਆ ਲਗੀ ਹੈ ਜਸੜ ਨੂੰ ਵੀ ਕਿਉਂ ਕਿ ਉਹਦੇ ਭੰਡਾ ਦੇ ਕਰੈਕਟਰ ਚ ਹੀ ਰਵੇ ਮੈਂ ਕਹਿੰਦਾ ਬੜੀ ਸੈਂਸ ਵਾਲੀ ਗੱਲ ਕੀਤੀ ਤੇਰੀ ਤੇ ਆਰਤੀ ਉਤਾਰਨੀ ਚਾਹੀਦੀ ਸੀ ਵੀ ਤੂੰ ਵੇਖ ਪਹਿਲਾਂ ਸੋਚ ਸੁੱਖ ਜੋਲ ਹੈ ਕੌਣ ਸਖਜੋਲ ਐਕਟਰ ਹੈ ਕੌਣ ਐ ਸਖਜੋਲ ਤਰਸੇਮ ਜਸੜ ਕੋੜ ਹੈ ਤਰਸੇਮ ਜਸੜ ਵੇ ਐਕਟਰ ਸਿੰਗਰ ਪੇਡ ਸਿੰਗਰ ਬਿਲਕੁਲ ਪੇਡ ਸਿੰਗਰਾਂ ਦੀ ਜੋਬ ਕੀ ਹੁੰਦੀ ਹੈ ਇਹਨਾਂ ਨੂੰ ਪਤਾ ਨਹੀਂ ਹੈ ਯਾਰ ਅਸੀਂ ਹਮੇਸ਼ਾ ਗੱਲ ਕਰਦੇ ਹੁੰਨੇ ਬਈ ਇੱਕ ਬੰਦੇ ਦੇ ਹੱਥ ਵਾਸਤੇ ਚੀਜ਼ ਹੁੰਦੀ ਹੈ ਇੱਕ ਬੰਦੇ ਦੇ ਹੱਥ ਵਾਸਤੇ ਨਹੀਂ ਹੁੰਦੀ ਸੱਚੀ ਬਾਜੀ ਇੱਕ ਬੰਦੇ ਦਾ ਆਪਣਾ ਚੈਨਲ ਹੁੰਦਾ ਹੈ ਇੱਕ ਬੰਦੇ ਦੀ ਆਪਣੀ ਕ੍ਰੀਏਟੀਵਿਟੀ ਹੁੰਦੀ ਹੈ ਜੇ ਸੁਖਜੋਲ ਨੇ ਫਿਲਮ ਬਣਾਈ ਉਹ ਬਣਾਏ ਨਾ ਉਹ ਰੀਲ ਉਹ ਉਹਨੇ ਲਿਖੀ ਹੈ ਉਹਨੇ ਬਣਾਈ ਹੈ ਉਹ ਚ ਐਕਟਰ ਵੀ ਆਪ ਹੈ ਆਪ ਹੀ ਉਹ ਡਾਇਰੈਕਸ਼ਨ ਕਰ ਰਿਹਾ ਹੈ ਤਰਸੇਮ ਜਸਟ ਨੇ ਆਪਣੀ ਫਿਲਮ ਲਿਖੀ ਉਹਦਾ ਡਾਇਰੈਕਟਰ ਕੋ ਹੋਰ ਕੋਈ ਉਹਦੀ ਨਹੀਂ ਸੋਚੀ ਆਈ ਦਿਮਾਗ 'ਚ ਤੇ ਇਦਾਂ ਨਹੀਂ ਅਸੀਂ ਕਿਸੇ ਤੇ ਬੋਲੀਦਾ ਸਾਨੂੰ ਪਤਾ ਕਿਹੜੇ ਬੰਦੇ ਨੇ ਕੀ ਕੀਤਾ ਉਹਦਾ ਕੀ ਯੋਗਦਾਨ ਹੈ ਤਾਂ ਤਾਂ ਹੀ ਬੋਲੀਦਾ ਐਵੇਂ ਨਰ ਲਾ ਦਿਆ ਕਰੋ ਕਿਸੇ ਨੂੰ ਕਿਸੇ ਨਾਲ ਤੇ ਸੁਖ ਚੋਲ ਮੁੰਡਾ ਚੰਗਾ ਹੈ ਪਰ ਅਸੀਂ ਇਹ ਕਹਿੰਨੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੁਖ ਚੋਲ ਮੁੰਡਾ ਕੋਈ ਦੁਸ਼ਮਣ ਹੀ ਨਹੀਂ ਸੁਖ ਚੋਲ ਮੁੰਡਾ ਬਹੁਤ ਚੰਗਾ ਹੈ ਗੇਮ ਖੇਡਦਾ ਹੈ ਉੱਥੇ ਤੱਕ ਬਹੁਤ ਚੰਗਾ ਹੈ ਪਰ ਉਹ ਓਵਰ ਕਰ ਜਾਂਦਾ ਕਈ ਵਾਰੀ ਇਸ ਕਰਕੇ ਅਸੀਂ ਕਹਿੰਨੇ ਆ ਤੇ ਫਰਿਸ਼ ਪਾਜੀ ਇੱਕ ਮੁੱਦਾ ਬਹੁਤ ਚੱਲ ਰਿਹਾ ਆਪਣੇ ਪੰਜਾਬ 'ਚ ਮੀਟ ਦਾ ਕਿਹੜਾ ਬਾਈ ਕਿਹੜਾ ਮੀਟ ਦਾ ਮੀਟ ਦਾ ਹਾਂ ਦੀ ਮਠਾਰੂ ਡੋਗ ਲਿਆ ਡਗ ਲਿਆ ਸਾਨੂੰ ਵੀ ਦੋ ਅਸੀਂ ਵੀ ਡੋਗਲੇ ਅਸੀਂ ਵੀ ਡੋਗਲੇ ਆ ਦੀ ਮਠਾਰੂ ਡੋਗ ਲਿਆ ਜੇ ਕੋਣ ਹੈ ਜੇ ਦੀ ਮਠਾਰੂ ਡੋਗ ਲਿਆ ਉਹ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਆ ਤੋਂ ਮੁੱਦਾ ਦੁਬਾਰਾ ਚੱਲਿਆ ਹੈ ਨਾ ਉਹੀ ਬੰਦੇ ਤੋਂ ਹੀ ਆਪਣਾ ਜਿਹੜਾ ਕਈ ਕਈ ਪਈ ਉਹਦੇ ਸਪੋਰਟਰ ਵੀ ਹੈਗੇ ਨੇ ਮੈਂ ਕਹਿੰਨਾ ਟਿਕਟੋਕ ਤੇ ਕਮੈਂਟ ਦੇਖੇ ਮੈਂ ਉਹ ਵੀਡੀਓ ਤਾਂ ਬਾਦ ਲੋਕਾਂ ਦੇ ਪਰ ਆਪਾਂ ਦੱਸਦੇ ਗੱਲ ਕਿਹੜੀ ਹੋਈ ਪਰ ਮੈਂ ਕਮੈਂਟ ਤੋਂ ਦੱਸਦਾ ਫਲੇ ਕਮੈਂਟ ਕਰ ਰਿਹਾ ਕੋਈ ਬੰਦਾ ਵਿੱਕੀ ਥੋਮਸ ਸਾਡਾ ਸ਼ੇਰ ਕੀ ਬਾਤ ਵਿੱਕੀ ਸ਼ੇਰ ਨੇ ਖੰਗਰ ਨਹੀਂ ਦਿੱਤਾ ਬੰਦਾ ਯਾਰ ਕਮਾਲ ਦੀ ਗੱਲ ਹੈ ਤੁਸੀਂ ਹੈਨਾ ਕਹਿੰਦੇ ਇਹੋ ਜਿਹੇ ਬੰਦੇ ਦੇ ਸਪੋਰਟਰ ਹੈਗੇ ਨਾ ਗੱਲ ਭਾਜੀ ਕੀ ਹੋਈ ਸਾਰੀ ਉਹ ਕੀ ਕਿਹੜੀ ਗੱਲ ਤੋਂ ਵੀਡੀਓ ਵਿਰਲ ਹੋਇਆ ਕੰਮ ਸਾਰਾ ਉਹ ਸਾਰਿਆਂ ਨੂੰ ਪਤਾ ਹੀ ਹੈ ਵਿੱਕੀ ਥੋਮਸ ਮੱਛੀ ਖਾਂਦਾ ਫੜਿਆ ਗਿਆ ਮੱਛੀ ਖਾ ਰਿਹਾ ਸੀ ਉਹ ਕਿਸੇ ਹਾਤੇ ਤੇ ਖੜਾ ਹੋ ਕੇ ਹੈਨਾ ਤੇ ਫੜ ਲਿਆ ਕਿ ਸਿੰਗਣੇ ਤੇ ਉਹ ਬਾਅਦ ਚ ਸਾਰਿਆਂ ਨੂੰ ਪਤਾ ਹੀ ਗੱਲ ਦਾ ਵੈਸੇ ਪਰ ਮੁੱਦਾ ਤੇ ਇਹ ਚੱਲ ਰਿਹਾ ਹੈ ਨਾ ਕਿ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਮੁੱਦਾ ਇਹ ਏ ਫਰਸ਼ੀ ਭਾਜੀ ਮੈਂ ਪੜ ਰਿਆ ਸੀ ਇਸ ਚੀਜ਼ ਉੱਤੇ ਰਿਸਰਚ ਕਰ ਰਿਹਾ ਸੀ ਕਿ ਇਹ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਤੇ ਮੈਨੂੰ ਲੱਭਿਆ ਇੱਕ ਚੀਜ਼ ਕਿ ਸਾਡਾ ਜਿਹੜਾ ਆਪਣਾ ਅਕਾਲ ਤਖਤ ਦਾ ਜਥੇਦਾਰ ਨਹੀਂ ਹੈ ਕਿਉਂਕਿ ਸਾਰੇ ਸਿੱਖਾਂ ਨੇ ਉਹਦਾ ਹੁਕਮ ਮੰਨਣਾ ਹੁੰਦਾ ਜੋ ਅਕਾਲ ਤਖਤ ਦੇ ਜਥੇਦਾਰ ਨੇ ਕਹਿਤਾ ਹਨ ਤੇ ਅਕਾਲ ਤਖਤ ਦੇ ਜਥੇਦਾਰ ਨੇ 15 ਫਰਵਰੀ 1900 ਮੈਨੂੰ ਜਰ ਸੰਨ ਭੁੱਲ ਗਈ ਹੁਣ 80 80 80 ਹੈ 1980 ਹਾਂ 15 ਫਰਵਰੀ 1980 ਨੂੰ ਸਾਧੂ ਸਿੰਘ ਪੋਰ ਆਜ਼ੀ ਉਸ ਟੈਂ ਦੇ ਅਕਾਲ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੇ ਇਹ ਐਲਾਨ ਕੀਤਾ ਸੀ ਮਤਲਬ ਕਿ ਜੋ ਵੀ ਸੀ ਉਹਨਾਂ ਨੇ ਕਿਹਾ ਸੀ ਕਿ ਮਾਸ ਖਾ ਸਕਦੇ ਨੇ ਝਟਕਾ ਹੋਵੇ ਪਰ ਖਾ ਸਕਦੇ ਨੇ ਹਾਂ ਇਹ ਸੀ ਬਿਲਕੁਲ ਸਾਧੂ ਸਿੰਘ ਨੇ ਕਿਹਾ ਸੀ ਹੈਨਾ ਪੋਰੇ ਨੇ ਤੇ ਐਦਾਂ ਵੀ ਪੀ ਅਕਾਲ ਤਖਤ ਨੇ ਕਿਹਾ ਵੀ ਖਾ ਸਕਦੇ ਨੇ ਠੀਕ ਹੈ ਪਰ ਫਰਾਂਜੀ ਭਾਜੀ ਤੇਰਾ ਕੀ ਓਪੀਨੀਅਨ ਹੈ ਅਕਾਲ ਤਖਤ ਨੂੰ ਤੁਸੀਂ ਮਾੜਾ ਹਾਲਾ ਕਿ ਸਾਡਾ ਹਰ ਇੱਕ ਸਿੱਖ ਦਾ ਫਰਜ਼ ਏ ਕਿ ਅਸੀਂ ਉਹਨਾਂ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਤੇਰਾ ਕੀ ਕਹਿਣਾ ਆ ਵੀ ਕਿ ਫੈਸਲਾ ਸਹੀ ਹੈ ਕਿ ਗਲਤ ਹੈ ਭਜੀ ਫੈਸਲੇ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇੰਨਾ ਪਤਾ ਕਿ ਜੇ ਵਿੱਕੀ ਥਮਸ ਜੇ ਕੋਈ ਆਮ ਬੰਦਾ ਹੁੰਦਾ ਨਾ ਤੋ ਉਹਦੇ ਕਰ ਆਂਡੇ ਵੀ ਲੱਭ ਜਾਂਦੇ ਤੇ ਉਹਦਾ ਤਾਂ ਮੈਂ ਉਹਦਾ ਜੋਜ ਲੂਸ ਕੱਢਣਾ ਹੀ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਹੁਣ ਰਹੀ ਗੱਲ ਕਿ ਆ ਆਪਣਾ ਖਾਣਾ ਜਿਹਦੇ ਨਹੀਂ ਖਾਣ ਜਿਹਦਾ ਕਈ ਲੋਕੀ ਕਹਿੰਦੇ ਨੇ ਮਨ ਦੀ ਮੌਜ ਆ ਪਿਛੇ ਸਿਮਰ ਸਿੰਘ ਮਾਨ ਨੇ ਵੀ ਇੱਕ ਇੰਟਰਵਿਊ ਕੇਹੀ ਸੀ ਕਿ ਮੈਂ ਤਾਂ ਖਾਣਾ ਤੇ ਕਈ ਆਪਣੇ ਆਉ ਤੇ ਵੀ ਆਪਣੇ ਸ਼ਾਇਦ ਆਪਣੇ ਲੰਗਰ ਸ਼ਕ ਚਾੜ ਲੰਗਰ ਚ ਕੀ ਪਤਾ ਨਹੀਂ ਕਿੱਥੇ ਉਹ ਤੇ ਲੱਗਦਾ ਹੈ ਹਜੂਰ ਸਾਹਿਬ ਹਨਾ ਛਟਕਿਆ ਡਲਿਆਂ ਦਾ ਪਤਾ ਨਹੀਂ ਕੀ ਖੁਸ਼ਾਣਾ ਮੈਨੂੰ ਨਹੀਂ ਪਤਾ ਮੈਂ ਇਸ ਬਾਰੇ ਨਹੀਂ ਬੋਲਣਾ ਪਰ ਮੇਰੇ ਹਿਸਾਬ ਨਾਲ ਤਾਂ ਭਾਈ ਮੈਂ ਤਾਂ ਕਹਿਣਾ ਕਿ ਜਦੋਂ ਸਾਨੂੰ ਸਿਖਾਇਆ ਜਾਂਦਾ ਸ਼ੁਰੂ ਤੋਂ ਹਨਾ ਕਿ ਨਹੀਂ ਯਾਰ ਖਾ ਸਕਦੇ ਸਾਡੇ ਧਰਮ ਚ ਨਹੀਂ ਖਾਣਾ ਹੈਗਾ ਪਰ ਕਈ ਨਿਹੰਗ ਕਹਿੰਦੇ ਨੇ ਕਿ ਛਟਕਾ ਕਰੇ ਖਾ ਸਕਦੇ ਨੇ ਤੇ ਇੱਥੇ ਇਹ ਬੜਾ ਮੁੱਦਾ ਉਹ ਲੜਾਈ ਜੀ ਵਾਲਾ ਹੈ ਨਾ ਕਿ ਲੋਕੀ ਕੀ ਕਹਣਗੇ ਨਹੀਂ ਨਹੀਂ ਖਾ ਸਕਦੇ ਕਈ ਕਹਿੰਦੇ ਨਹੀਂ ਖਾ ਸਕਦੇ ਪਰ ਜੇ ਕਾਲ ਤੱਕ ਤੇ ਜਥੇਦਾਰ ਨੇ ਕਿਹਾ ਫਿਰ ਸਾਰੇ ਸਿੱਖਾਂ ਨੂੰ ਮੰਨਣ ਦਾ ਹੱਕ ਹੈ ਤੇ ਸਾਰੇ ਸਿੱਖਾਂ ਨੂੰ ਮੰਨਣਾ ਜ਼ਰੂਰੀ ਹੈ ਜੇ ਆਕਾਲ ਤਖਤ ਦੇ ਜਥੇਦਾਰ ਨੇ ਕਿਹਾ ਤੇ ਜਲਤੋਰੀ ਮੈਂ ਵੀ ਦੇਖਦਾ ਜਲਤੋਰੀ ਖਾ ਸਕਦੇ ਹਾਂ ਤੇ ਫਿਰ ਮੈਂ ਪਤਾ ਕਰਦਾ ਕਿੱਥੋਂ ਝਟਕੇ ਵਾਲੀ ਮਿਲਦੀ ਜਲਤੋਰੀ ਆਪਾਂ ਖਾਇਆ ਕਰਾਂਗੇ ਅੱਛਾ ਮੈਂ ਤੁਹਾਨੂੰ ਦੱਸਾਂ ਕਿ ਆਕਾਲ ਤਖਤ ਦੇ ਜਥੇਦਾਰ ਨੇ ਜ਼ਰੂਰ ਕਿਹਾ ਕਿ ਖਾ ਸਕਦੇ ਨੇ ਹਨਾ ਮੈਂ ਨਾਲੇ ਸਕਰੀਨਸ਼ਾਟ ਵੀ ਚਲਾ ਦਾਂਗਾ ਤੁਸੀਂ ਪੜ ਲਿਓ ਇਹ ਸਾਡੇ ਬਿਆਨ ਨਹੀਂ ਹੈ ਇਹ ਆਕਾਲ ਤਖਤ ਨੇ ਕਿਹਾ ਜਿਹੜਾ ਜਿਹੜਾ ਤੁਹਾਨੂੰ ਕੋਈ ਦੁੱਖ ਲੱਗਾ ਗੱਲ ਸੁਣਨੇ ਕੇ ਤੇ ਆਕਾਲ ਤਖਤ ਦੇ ਜਥੇਦਾਰ ਨੂੰ ਕਿਓ ਸਾਡਾ ਨਾ ਕਿਓ ਮੈਂ ਤਾਂ ਤੁਹਾਨੂੰ ਫੈਕਟ ਦੱਸ ਰਿਹਾ ਕਿ ਆਕਾਲ ਤਖਤ ਦੇ ਜਥੇਦਾਰ ਨੇ 15 ਫਰਵਰੀ 1980 ਨੂੰ ਇਹ ਐਲਾਨ ਕੀਤਾ ਸੀ ਮਤਲਬ ਕਿ ਉਹਨੇ ਕਲੀਅਰ ਕਿਹਾ ਕਲੀਅਰ ਕੀਤਾ ਸੀ ਐਲਾਨ ਨਹੀਂ ਸੀ ਕੀਤਾ ਕਲੀਅਰ ਕੀਤਾ ਸੀ ਕਈ ਬੰਦਿਆਂ ਨੂੰ ਐਸ ਹੀ ਨਾ ਵੀ ਆਪਾਂ ਖਾ ਸਕਦੇ ਕਿ ਨਹੀਂ ਖਾ ਸਕਦੇ ਪਰ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਹਾਂ ਖਾ ਸਕਦੇ ਆ ਪਰ ਝਟਕਾ ਹੋਵੇ ਪਰ ਫਰਸ਼ੀ ਭਾਜੀ ਮੇਰਾ ਦਿਲ ਇਹ ਕਹਿੰਦਾ ਵੀ ਇਹਦੇ ਤੇ ਦੁਬਾਰਾ ਚਰਚਾ ਹੋਣੀ ਚਾ ਉਦੀ ਵਜ੍ਹਾ ਪਤਾ ਕੀ ਹੈ ਹੁਣ ਕਈ ਬੰਦੇ ਕਹਿਣਗੇ ਕਿ ਲੰਗਰ ਲੰਗਰ ਚ ਫਿਰ ਚਲਾ ਦਿਓ ਹਨਾ ਲੰਗਰ ਚ ਚਲਾ ਦਿਓ ਲੰਗਰ ਚ ਮੀਟ ਇਸ ਕਰਕੇ ਨਹੀਂ ਚੱਲ ਸਕਦਾ ਕਿਉਂਕਿ ਇਹਦਾ ਲੌਜੀਕ ਦਿੱਤਾ ਉਹਨਾਂ ਨੇ ਬਕਾਇਦਾ ਇਹ ਸਵਾਲ ਉਹਨਾਂ ਨੂੰ ਵੀ ਉਦੋਂ ਪੁੱਛਿਆ ਗਿਆ ਸੀ ਨਹੀਂ ਭਈ ਇੱਕ ਜਗ੍ਹਾ ਮਿਲਦਾ ਹੈ ਯਾਰ ਇੱਕ ਜਗ੍ਹਾ ਮਿਲਦਾ ਮੈਨੂੰ ਪਤਾ ਮੈਂ ਗਿਆ ਹਾਂ ਇੱਕ ਜਗ੍ਹਾ ਮਿਲਦਾ ਪਤਾ ਨਹੀਂ ਕਿੱਥੇ ਹਜੂਰ ਸਾਹਿਬ ਵਾਲੇ ਸਾਈਡ ਤੇ ਮਿਲਦਾ ਹੈ ਡਲੀਆਂ ਦਾ ਲੰਗਰ ਐ ਮੇਰਾ ਦੁਖਾੜੀ ਗਾਲਾ ਨਾ ਕਹਿ ਕੁਖ ਖਾ ਲਈ ਮੱਕਾ ਸ੍ਰੀ ਭਾਜੀ ਚੱਲ ਤੂੰ ਰਿਸਰਚ ਕਰ ਹੁਣੇ ਤੱਕ ਪਰ ਮੈਂ ਤੈਨੂੰ ਦੱਸਦਾ ਉਹਨਾਂ ਨੇ ਪਤਾ ਕੀ ਲੌਜਿਕ ਦਿੱਤਾ ਹੈ ਕਿ ਲੰਗਰ ਚ ਮੀਟ ਕਿਉਂ ਨਹੀਂ ਚੱਲ ਸਕਦਾ ਕਿਉਂਕਿ ਹਿੰਦੂ ਮਾਂ ਗਾਂ ਨਹੀਂ ਖਾਂਦੇ ਮੁਸਲਮਾਨ ਸੂਰ ਨਹੀਂ ਖਾਂਦੇ ਤੇ ਜਿਹੜੇ ਜੀਉਸ਼ ਹੈ ਉਹ ਵੀ ਕੁਛ ਮੇਰਾ ਖਿਆਲ ਹੈ ਉਹ ਵੀ ਨਹੀਂ ਖਾਂਦੇ ਇਦਾਂ ਦਾ ਕੁਛ ਨਾ ਮਾਸ ਦਾ ਪਤਾ ਨਹੀਂ ਕਿਹੜੇ ਜਾਨਵਰ ਦਾ ਨਹੀਂ ਖਾਂਦੇ ਇਸ ਕਰਕੇ ਧਰਮਾਂ ਚ ਬਣਾ ਹੀ ਹੋਣ ਕਰਕੇ ਵੀ ਉਹ ਗਾਂ ਨਹੀਂ ਖਾ ਸਕਦੇ ਹਿੰਦੂ ਤੇ ਮੁਸਲਮਾਨ ਸੂਰ ਨਹੀਂ ਖਾ ਸਕਦੇ ਤੇ ਜੇ ਅਸੀਂ ਮਤਲਬ ਕਿ ਲੰਗਰ ਚ ਮੀਟ ਬਣਾਇਆ ਸੂਰ ਦਾ ਬਣਾ ਲਿਆ ਗਾਂ ਦਾ ਬਣਾ ਲਿਆ ਬੱਕਰੇ ਦਾ ਬਣਾ ਲਿਆ ਹਨਾ ਹੁਣ ਮੁਸਲਮਾਨ ਖਾਂਦੇ ਨੇ ਹਲਾਲ ਅਸੀਂ ਬਣਾਨੇ ਝਟਕਾ ਉਹ ਲੰਗਰ ਚ ਕਿਦਾਂ ਖਾਣਗੇ ਉਹਨਾਂ ਨੇ ਕਹਿਣਾ ਇਹ ਤੇ ਝਟਕਾ ਵੇ ਅਸੀਂ ਤੇ ਹਲਾਲ ਖਾਈਦਾ ਕਲਮਾ ਪੜ ਕੇ ਹਨ ਜਿਹੜੇ ਜਾਨਵਰ ਨੂੰ ਮਾਰਿਆ ਹੋਵੇ ਇਸ ਕਰਕੇ ਵੀ ਲੰਗਰ ਚ ਨਹੀਂ ਪੈ ਸਕਦਾ ਇਹ ਲੋਜਿਕ ਹੈ ਤੇ ਬਾਕੀ ਮੇਰੇ ਖਿਆਲ ਮੇਰੇ ਹਿਸਾਬ ਨਾਲ ਦੁਬਾਰਾ ਇਸ ਟੌਪਿਕ ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਫਰੈਚੀ ਪਾਜੀ ਜੇ ਤੇ অপਸ਼ਨ ਆ ਨਾ ਬਿਕ ਰੋਟੀ ਦਾ ਤੁਸੀਂ ਮਰਦੇ ਹੋ ਵਾ ਜਾਂ ਤੁਹਾਨੂੰ ਕਿਸੇ ਡਾਕਟਰ ਨੇ ਸਲਾਹ ਦਿੱਤੀ ਹੋਵੇ ਕਿ ਅਗਰ ਤੂੰ ਇਹ ਮੀਟ ਨਾ ਖਾਦਾ ਤੇ ਤੇਰੀ ਜਾਨ ਨੂੰ ਖਤਰਾ ਹੈ ਨਾ ਜਾ ਕੇ ਇਹਦੀ ਹੱਡੀ ਜੁੜ ਗਈ ਇਹ ਪਤਾ ਹੱਡੀ ਟੁੱਟ ਗਈ ਹੈ ਇੱਕ ਮਿੰਟ ਇੱਕ ਮਿੰਟ ਜਾਨਵਾਲ ਦੇ ਵਲੋਗ ਚ ਸੀਗਾ ਸਾਲ ਇਹਨੇ ਇਹਨੇ ਦਿਖਾਇਆ ਸੀ ਜਾਨਵਾਲ ਦਾ ਵਲੋਗ ਠੀਕ ਅੱਛਾ ਫਰਜ ਭਾਜੀ ਮੈਂ ਕੀ ਗੱਲ ਕਹਿੰਦਾ ਪਿਆ ਸੀ ਹਾਂ ਤੁਸੀਂ ਉਹੀ ਗੱਲ ਕਰਦੇ ਕਿ ਲੰਗਰ ਚ ਕਿਉਂ ਨਹੀਂ ਆਪਾਂ ਹਨਾ ਉਹ ਚੀਜ਼ ਨੂੰ ਕਾਂਗਰਸ ਜਥੇਦਾਰ ਨੇ ਕਲੀਅਰ ਕੀਤਾ ਕਿ ਲੰਗਰ ਚ ਕਿਉਂ ਨਹੀਂ ਕਰ ਸਕਦੇ ਹਾਂ ਲੰਗਰ ਚ ਹਨਾ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਕਈ ਧਰਮਾਂ ਚ ਮਨਾ ਤੇ ਇਸ ਕਰਕੇ ਲੰਗਰ ਚ ਐਡ ਨਹੀਂ ਕਰ ਸਕਦੇ ਪਰ ਮੇਰੇ ਹਿਸਾਬ ਨਾਲ ਫਰਜ ਭਾਜੀ ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਕਿਉਂਕਿ ਕਿਉਂਕਿ ਉਹ ਟਾਈਮ ਹੋਰ ਸੀ ਫਰਚੀ ਪਾਜੀ ਹਨਾ ਜਾਂ ਤੇ ਚਲੋ ਅੱਜ ਦੇ ਟਾਈਮ ਵੀ ਖਾ ਸਕਦਾ ਪਰ ਜੇ ਮੰਨ ਲਓ ਕਿਸੇ ਨੂੰ ਬਿਮਾਰੀ ਹੈ ਜਾਂ ਕਿਸੇ ਦੀ ਟੁੱਟ ਟੁੱਟ ਕੇ ਡਿੱਗ ਕੇ ਹੱਡੀ ਟੁੱਟ ਗਈ ਹਨਾ ਤੇ ਡਾਕਟਰ ਨੇ ਉਹਨੂੰ ਕਿਹਾ ਵੀ ਤੂੰ ਇਹ ਮੁਰਗੇ ਦੇ ਖਰੋੜੇ ਖਾਣੇ ਨੇ ਇੰਨੇ ਦਿਨ ਪਤਾ ਖਰੋੜੇ ਖਾਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਜਾਂ ਜਿਹਦੇ ਵਿੱਚ ਜਿਹਦੇ ਵਿੱਚ ਖਰੋੜੇ ਗਏ ਨੇ ਬੱਕਰੇ ਦੇ ਗਏ ਨੇ ਫੇਰ ਤੇ ਬੰਦਾ ਖਾ ਸਕਦਾ ਜਦੋਂ ਹੈਲਥ ਦੀ ਇਸ ਨੂੰ ਪ੍ਰੋਬਲਮ ਹੈ ਜਾਂ ਕਿਤੇ ਕੋਈ ਜੰਗ ਲੜ ਰਹੇ ਨੇ ਉੱਥੇ ਫਲ ਫਰੂਟ ਨਹੀਂ ਹੈ ਖਾਣ ਨੂੰ ਸਬਜ਼ੀਆਂ ਨਹੀਂ ਹੈ ਫਿਰ ਹਨਾ ਬੰਦਾ ਉਸ ਹਾਲਾਤ ਚ ਖਾ ਸਕਦਾ ਪਰ ਜਦੋਂ ਅੱਜ ਕੱਲ ਤੇ ਇੰਨਾ ਕੁਝ ਅਵੇਲੇਬਲ ਹੈ ਫ੍ਰੈਸ਼ੀ ਭਾਜੀ ਮੈਂ ਵੈਜੀਟੇਰੀਅਨ ਹਾਂ ਮੈਂ ਨਹੀਂ ਮਾਸਮੋਸ ਖਾਂਦਾ ਫ੍ਰੈਸ਼ੀ ਖਾਂਦਾ ਮੈਂ ਨਹੀਂ ਖਾਂਦਾ ਕਈ ਬੰਦਿਆਂ ਨੂੰ ਹੋਏਗਾ ਵੀ ਹਨਾ ਮੈਂ ਨਹੀਂ ਖਾਂਦਾ ਕਈ ਵਾਲੇ ਜਰੂਰ ਕੱਟੇ ਨੇ ਪਰ ਮੈਂ ਪਹਿਲਾਂ ਖਾਂਦਾ ਰਿਹਾ ਜਦੋਂ ਨਸ਼ੇ ਨੂੰਸ਼ੇ ਕਰਦੇ ਨੇ ਨਾ ਉਦੋਂ ਤਾਂ ਬੜੀ ਧੁੱਕ ਕੰਢੀ ਸ਼ਰਾਬ ਵੀ ਮਿੰਦੇ ਸੀ ਹੁਣ ਕਿੰਨੇ ਸਾਲ ਹੋ ਗਏ ਨੇ 4-5 ਸਾਲ ਹੋ ਗਏ ਫ੍ਰੈਸ਼ ਭਾਜੀ ਮੈਂ ਮੀਟ ਮੂਡ ਵੀ ਨਹੀਂ ਖਾਂਦਾ ਅੰਡਾ ਉੰਡਾ ਵੀ ਨਹੀਂ ਤੇ ਮੇਰੇ ਹਿਸਾਬ ਨਾਲ ਦੁਬਾਰਾ ਚਰਚਾ ਹੋਣੀ ਚਾਹੀ ਕਾਲਾ ਜਿਹਾ ਬੰਦਾ ਪਰ ਹਾਲਾਤ ਤੇ ਡਿਪੈਂਡ ਏ ਕਿ ਕਿਹੜਾ ਹਾਲਾਤ ਏ ਮੇਰੇ ਹਿਸਾਬ ਨਾਲ ਤਾਂ ਨਹੀਂ ਚੀਦਾ ਬਾਕੀ ਸਾਡੇ ਵੱਡੇ ਵੱਡੇ ਰੇ ਵੇਖਣ ਕਾਲ ਤਖਤ ਵੇਖਿਆ ਆਪਾਂ ਉਹਨਾਂ ਦੀ ਹਿਸਾਬ ਨਾਲ ਚੱਲਣਾ ਹਨਾ ਜੋ ਸਾਨੂੰ ਕਹਿਣਗੇ ਮੈਂ ਅਸੀਂ ਤੇ ਆਪਾਂ ਆਪਣਾ ਸੁਝਾਅ ਦੇ ਸਕਦਾ ਮੈਂ ਕਿਹਾ ਵਿੱਕੀ ਥੋਮਸ ਨੂੰ ਕਿਹੜਾ ਭਈ ਕਹਿਣਾ ਜਿਹੜਾ ਇਸ ਟਾਈਮ ਜੰਗ ਥੋੜੀ ਲੱਗੀ ਏ ਜਿਹੜਾ ਮੈਂ ਕਹਿਣਾ ਕਿ ਮੈਂ ਖਾਊਂਗਾ ਹੀ ਖਾਊਂਗਾ ਜੇ ਤੁਸੀਂ ਗੱਲ ਕੀਤੀ ਕਿ ਹਾਂ ਪੁਰਾਣੇ ਸਮੇਂ ਜੰਗਾਂ ਚੱਲਦੀਆਂ ਸੀ ਉਦੋਂ ਕੁਝ ਹੋਰ ਹੋ ਜਾਂਦੀ ਨਹੀਂ ਹੈਗਾ ਇਸ ਜਗਾ ਉਦੋਂ ਛਕਿਆ ਗਿਆ ਹਨਾ ਤੇ ਵਿੱਕੀ ਤੋਂ ਮਜ਼ਬੂਤ ਪੁੱਛਣਾ ਚਾਹੀਦਾ ਕਿ ਹੁਣ ਜੰਗ ਲੱਗੀ ਹੈ ਕੋਈ ਜਿਹੜੇ ਤੂੰ ਚਸਕੇ ਕਰਕੇ ਕਹਿਣਾ ਕਿ ਇੱਕ ਮੱਛੀ ਹੋਰ ਫਰਾਈ ਕਰ ਇੱਕ ਮੱਛੀ ਹੋਰ ਫਰਾਈ ਕਰ ਮੈਂ ਇੱਕ ਹੋਰ ਖਾਊਂਗਾ ਨਾ ਪਾਕਾ ਨੰਗਲ ਦੇਮ ਦੀ ਮੱਛੀ ਹੈ ਮੈਂ ਇੱਕ ਹੋਰ ਖਾਊਂਗਾ ਤੇ ਇਹ ਕੋਈ ਜੰਗ ਥੋੜੀ ਲੱਗੀ ਹੈ ਇਸ ਟਾਈਮ ਤੇ ਤੁਸੀਂ ਕਈ ਲੋਕਾਂ ਨੂੰ ਡਿਫੈਂਡ ਕਰਨ ਵੀ ਆ ਗਏ ਨੇ ਕਈ ਲੋਕ ਕਹਿੰਦੇ ਕਿ ਨਹੀਂ ਆਪਣੇ ਜਲ ਤੂਰੀ ਆਪਾਂ ਖਾ ਸਕਦੇ ਆ ਤੇ ਫਿਰ ਬਾਕੀ ਪਈਏ ਜਦੋਂ ਨਿੱਟ ਚੀਜ਼ਾਂ ਵਾਇਰਲ ਹੁੰਦੀਆਂ ਨੇ ਨਾ ਫਿਰ ਬਾਕੀ ਮਜ਼ਾਕ ਉਡਾਉਂਦੇ ਨੇ ਫਿਰ ਬਾਕੀ ਥੱਲੇ ਕਿਸੇ ਹੋਰ ਚਲੋ ਤਰਮ ਦਾ ਬੰਦਾ ਹੋਣਾ ਥੱਲੇ ਉਹ ਕਹਿੰਦੇ ਆ ਕਹਿੰਦਾ ਕੱਲ ਨੂੰ ਸ਼ਰੇਮਪ ਨੂੰ ਕਹਿ ਦੇਉ ਕਿ ਜਲ ਗੋਬੀ ਆ ਠੀਕ ਆ ਹੁਣ ਮਤਲਬ ਕਿ ਉਹੀ ਗੱਲ ਹੈ ਨਾ ਕਿ ਆਪ ਆਪਣਾ ਧਰਮ ਦਾ ਆਪ ਹੀ ਮਜ਼ਾਕ ਡੋਣੇ ਫਿਰਦੇ ਆ ਨਾਲੇ ਫਰਸ਼ੀ ਭਾਜੀ ਗੱਲ ਪਤਾ ਕੀ ਹੈ ਹੁਣ ਕਈ ਬੰਦੇ ਕਹਿੰਦੇ ਸੀ ਉਹ ਵੀ ਫਲਾਣਾ ਵੀ ਖਾਂਦਾ ਹੈ ਫਲਾਣਾ ਵੀ ਖਾਂਦਾ ਹਣਾ ਉਹਨੂੰ ਵੀ ਫੜੋ ਉਹਨੂੰ ਵੀ ਫੜੋ ਪ੍ਰੋਬਲਮ ਪਤਾ ਕੀ ਹੋਈ ਹੈ ਵੇਖੋ ਇੱਕ ਜਗ੍ਹਾ ਹੁੰਦੀ ਹੈ ਮੀਟ ਖਾਣ ਦੀ ਫਰਸ਼ੀ ਭਾਜੀ ਤੁਸੀਂ ਦੁਕਾਨ ਤੇ ਗਏ ਉਥੋਂ ਮੀਟ ਲਿੱਤਾ ਤੇ ਘਰ ਆ ਕੇ ਬਣਾ ਕੇ ਖਾਦਾ ਉਹ ਹੁੰਦੀ ਪਰਦੇ ਦੀ ਇੱਕ ਗੱਲ ਠੀਕ ਹੈ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਖਾਓ ਵੈਸੇ ਮੈਂ ਕਹਾਂ ਦੱਸ ਰਹਿ ਵੀ ਵਿੱਕੀ ਥੋਮਸ ਦਾ ਕਿਉਂ ਇਹ ਮੁੱਦਾ ਉੱਠਿਆ ਵੇ ਉਹ ਕਿਉਂ ਹਾਈਲਾਈਟ ਹੋਇਆ ਬੜੇ ਬੰਦੇ ਖਾਂਦੇ ਨੇ ਮਾਸ ਪਰ ਉਹ ਕਿਉਂ ਹਾਈਲਾਈਟ ਉਹ ਇਸ ਕਰਕੇ ਹੋਇਆ ਕਿਉਂਕਿ ਉਹ ਮੱਛੀ ਵਾਲੀ ਜਗ੍ਹਾ ਤੇ ਖੜ੍ਹਾ ਹੈ ਜਿੱਥੇ ਉੱਥੇ ਸ਼ਰਾਬ ਵੀ ਮੇਰੇ ਖਿਆਲ ਮਿਲਦੀ ਸੀ ਉਸ ਹਾਤੇ ਤੇ ਨਾ ਉਹ ਹਾਤਾ ਸੀ ਉੱਥੇ ਸ਼ਰਾਬ ਵੀ ਮਿਲਦੀ ਹੈ ਉਹ ਤਾਂ ਜਿਹੜਾ ਹੁੰਦੇ ਆ ਉੱਥੇ ਮੱਛੀ ਵੀ ਮਿਲਦੀ ਹੈ ਇਸ ਕਰਕੇ ਵੀ ਚਲੋ ਜੇ ਕਿਸੇ ਨੇ ਖਾਣਾ ਵੀ ਘਰ ਕੋਈ ਤੌਰ ਤਰੀਕਾ ਹੁੰਦਾ ਫਿਰ ਜੀ ਪਾਜੀ ਬੰਦਾ ਲਿਆਂਦਾ ਦੁਕਾਨ ਤੋਂ ਘਰ ਲਿਆ ਕੇ ਘਰ ਵਾਲੀ ਨੂੰ ਕਹਿੰਦਾ ਜਾ ਬਣਾ ਕੇ ਬੰਦਾ ਖਾਂਦਾ ਵੇ ਸਮਝੇ ਗੱਲ ਪਰ ਛਰਾ ਉੱਥੇ ਸ਼ਰਾਬ ਮਿਲਦੀ ਹੈ ਉੱਥੇ ਸਿਕਟਾ ਤਮਾਕੂ ਤੈਨੂੰ ਪਤਾ ਹੀ ਹਾਤਿਆਂ ਤੇ ਕੀ ਹਾਲ ਹੁੰਦਾ ਵੇ ਨਾਲ ਨਾਲ ਆਂਡੇ ਖਾਂਦੇ ਦੇ ਨਾਲ ਸ਼ਰਾਬ ਪੀਂਦੇ ਦੇ ਨਾਲ ਸਿਕਟਾ ਪੀਂਦੇ ਦੇ ਨਾਲ ਤਮਾਕੂ ਲਾਂਦੇ ਹੁੰਦੇ ਨੇ ਉੱਥੇ ਇਸ ਕਰਕੇ ਉਹ ਮੁੱਦਾ ਜ਼ਿਆਦਾ ਉੱਠਿਆ ਵੀ ਹਾਤੇ ਤੇ ਉਹ ਖੜਾ ਸੀ ਉਹ ਸ਼ਾਇਦ ਘਰ ਬਣਾ ਕੇ ਖੜਾ ਨਾ ਤੇ ਸ਼ਾਇਦ ਨਾ ਮੁੱਦਾ ਨਾ ਹੁੰਦਾ ਤੇ ਹਾਲਾਂਕਿ ਮੇਰੇ ਹਿਸਾਬ ਨਾਲ ਤੇ ਘਰ ਵੀ ਨਹੀਂ ਖਾਣਾ ਚਾਹੀਦਾ ਜਿੱਦੂ ਸਾਡੇ ਕੋਲ ਆਪਸ਼ਨ ਹੈ ਨੇ ਸਬਜ਼ੀਆਂ ਦੇ ਫਲ ਫਰੂਟ ਦੇ ਇੰਨਾ ਕੁਝ ਆ ਗਿਆ ਜੇ ਤੇ ਆਪਸ਼ਨ ਜੇ ਤੇ ਡਾਕਟਰ ਨੇ ਕਿਹਾ ਫੇਰ ਬੰਦਾ ਖਾਲੇ ਜਾਂ ਕੋਈ ਜੰਗ ਜੁੱਦ ਚ ਤੁਸੀਂ ਆਵੋ ਉਸ ਵਿੱਚ ਵਿੱਚ ਚ ਖਾ ਲੋ ਤੇ ਚਲੋ ਜਾਇ ਜੇ ਪਰ ਆਪਣੇ ਜੀਵ ਦੇ ਸਵਾਦ ਵਾਸਤੇ ਕਿਸ ਜੀਵ ਨੂੰ ਮਾਰਨਾ ਇਹ ਕੋਈ ਮੇਰੇ ਖਿਆਲ ਨਾਲ ਤੋਕ ਨਹੀਂ ਫਰੇਚੀ ਭਾਜੀ ਬੰਦਾ ਬਾਕੀ ਹਰ ਬੰਦੇ ਨੂੰ ਹੱਕੇ ਉਹ ਮੀਟ ਖਾਵੇ ਨਾ ਖਾਵੇ ਉਹਦਾ ਆਪਣਾ ਨਿੱਜੀ ਫੈਸਲਾ ਹੈ ਸਾਡੇ ਵੱਲੋਂ ਖਾਓ ਨਹੀਂ ਖਾਣਾ ਆਪਾਂ ਕੋਈ ਪਾਬੰਦੀ ਨਹੀਂ ਲਾਉਂਦੇ ਪਰ ਅਸੀਂ ਅਕਾਲ ਤਖਤ ਨੂੰ ਸਮਰਪਤ ਆ ਸਾਨੂੰ ਅਕਾਲ ਤਖਤ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਾਂਗੇ ਫਿਲਹਾਲ ਅਕਾਲ ਤਖਤ ਤੋਂ ਰਣੇ ਇਹੀ ਕਿਹਾ ਹੋਇਆ ਹੈ ਕਿ ਤੁਸੀਂ ਖਾ ਸਕਦੇ ਹੋ ਪਰ ਝਟਕਾ ਨਾ ਹੋਵੇ ਠੀਕ ਹੈ ਤੇ ਝਟਕਾ ਹੋਵੇ ਝਟਕਾ ਹੋਵੇ ਹਾਂ ਝਟਕਾ ਹੋਵੇ ਤੇ ਇੱਕ ਭਾਜੀ ਹੋਰ ਵੀ ਆਪਣਾ ਚਰਚਾ ਕਰਨ ਵਾਲੀ ਗੱਲ ਹੈ ਕਿ ਸਾਰਾ YouTube ਇੱਕ ਪਾਸੇ ਹੋ ਗਿਆ ਸਾਰੇ ਲੋਕ ਇੱਕ ਪਾਸੇ ਹੋ ਗਏ ਸਾਰੇ ਬੰਦੇ ਇੱਕ ਪਾਸੇ ਹੋ ਗਏ ਤੇ ਇੱਕ ਭਰਾ ਆਪਣੇ ਭਰਾ ਨਾਲ ਖੜਾ ਰਿਹਾ ਤੇ ਭਾਵੇਂ ਹਾਰੀ ਪਰ ਆਪਣੇ ਭਰਾ ਦਾ ਅਗਲੇ ਨੇ ਸਾਥ ਨਹੀਂ ਛੱਡਿਆ ਤੇ ਤੁਹਾਨੂੰ ਪਤਾ ਹੈ ਮੈਂ ਕਿਹਦੀ ਗੱਲ ਕਰਨ ਲੱਗਾ ਲੈ ਮੈਨੂੰ ਪਤਾ ਹਾਂ ਤੇ ਉਹ ਗੱਲ ਨੂੰ ਕਿਦਾ ਦੇਖਦੇ ਹੋ ਕਿ ਦੇਖੋ ਜਿਹੜੇ ਬੰਦਿਆਂ ਨਾਲ ਉਹ ਵੀਡੀਓ ਕਾਲ ਨੂੰ ਬਣਾਉਂਦਾ ਸੀ ਜਿਹੜੇ ਸੋਚਦਾ ਸੀ ਉਹਨੇ ਵੀਡੀਓ ਚ ਬੋਲਿਆ ਟ੍ਰਿਕਡ ਇਨਸਾਨ ਨੇ ਕਿ ਜਿਹੜੇ ਬੰਦਿਆਂ ਨੂੰ ਆਪਣਾ ਭਰਾ ਸਮਝਦਾ ਸੀਗਾ ਅੱਜ ਕੰਨਾ ਮੈਨੂੰ ਅਸਲੀ ਰੰਗ ਦਿਖਾ ਗਏ ਕਿ ਉਹ ਉਹ ਕਿੰਨੇ ਕੁ ਭਰਾ ਨੇ ਜਾਂ ਸਿਰ ਫੋਲੋਅਰਸ ਵਰਕੇ ਪਛੇ ਹੁੰਦੇ ਨੇ ਹਾਂ ਤੇ ਅਸੀਂ ਪਾ ਦੀ ਗੱਲਬਾਤ ਕਰ ਰਹੇ ਨੇ ਜਿਹੜਾ ਬਿੱਗ ਬੋਸ ਹੋਇਆ ਸੀ ਨਾ ਅਭਿਸ਼ੇਕ ਦਾ ਭਰਾ ਟ੍ਰਿਗਡ ਇਨਸਾਨ ਉਹ ਅਭਿਸ਼ੇਕ ਦਾ ਟ੍ਰਿਗਡ ਇੱਕ ਪਾਸੇ ਦੋਨੇ ਤੇ ਬਾਕੀ ਐਲਵਿਸ਼ ਦੇ ਨਾਲ ਵੇਖ ਲੋ ਕਿੰਨੇ ਬੰਦੇ ਸੀ ਜਿਹੜਾ ਕਿੰਨੇ ਸਰਕਾਰੀ ਬੰਦੇ ਕਿੰਨੇ ਯੂਟਿਊਬਰ ਕਿੰਨਾ ਤੰਤਰ ਸੀ ਉਹਦੇ ਨਾਲ ਸਿੰਗਰ ਵੇਖ ਲੋ ਤੁਸੀਂ ਸਿੰਗਰ ਕਿੰਨੇ ਪੰਜਾਬੀ ਸਿੰਗਰ ਪੋਲੀਟੀਸ਼ੀਨ ਬੜੀ ਸਪੋਰਟ ਸੀ ਯਾਰ ਐਲਵਿਸ਼ ਜੱਦਵ ਨੂੰ ਤੇ ਇੱਕ ਪਾਸੇ ਟ੍ਰਿਗੜ ਇਨਸਾਨ ਆਪਣੇ ਭਰਾ ਕੱਲੇ ਨੂੰ ਸਪੋਰਟ ਕਰਨ ਰਿਆ ਉਹਨੂੰ ਇੰਨੀਆਂ ਗਾਲਾਂ ਵਿਚਾਰੇ ਨੂੰ ਪੈਂਦੀਆਂ ਸੀ ਨਾ ਅੰਧਪਗਤ ਐਲਵਿਸ਼ ਜੱਦਵ ਦੇ ਨੇ ਗਾਲਾਂ ਕੱਢਦੇ ਸੀ ਨਾ ਉਹਨੂੰ ਕਿਉਂਕਿ ਉਹਨਾਂ ਦੀ ਤਦਾਦ ਜਿਆਦਾ ਸੀ ਸੰਖਿਆ ਜਿਆਦਾ ਸੀ ਪਰ ਉਹ ਮੁੰਡਾ ਹੈ ਲਿਆਣੀ ਉਹਨੇ ਪੈਰ ਨਹੀਂ ਪਿੱਛੇ ਕੀਤਾ ਫ੍ਰੈਸ਼ੀ ਭਾਜੀ ਇਹ ਹੁੰਦੀ ਤੂੰ ਬਿਗ ਬੌਸ ਚ ਜਾਏਂਗਾ ਨਾ ਤੇ ਮੈਂ ਵੀ ਇਨੇ ਜ਼ੋਰ ਲਾਵਾਂਗਾ ਟੈਨਸ਼ਨ ਨਾ ਤੂੰ ਲੈ ਸਾਰੀ ਦੁਨੀਆ ਇੱਕ ਪਾਸੇ ਆ ਗਈ ਤੇਰਾ ਭਰਾ ਤੇ ਲੋਕੀ ਲਾਸਟ ਵੀਡੀਓਜ਼ ਵੀ ਲੋਕੀ ਤੇਰੇ ਕਮੈਂਟ ਭਾਜੀ ਫ੍ਰੈਸ਼ੀ ਭਾਜੀ ਨੂੰ ਭੇਜੋ ਫ੍ਰੈਸ਼ੀ ਭਾਜੀ ਜਾਣ ਫ੍ਰੈ ਉਹ ਜੇ ਭਰਾਵਾ ਕੁਛ ਨਹੀਂ ਪੱਕਾ ਹੈਗਾ ਮੇਰੇ ਸ਼ੀ ਭਜੀ ਜਾਣ ਤੇ ਨਹੀਂ ਹਾਂ ਨਹੀਂ ਖੜੇ ਹੋ ਤੁਸੀਂ ਮੇਰੇ ਲਈ ਮੈਂ ਫਿਰ ਬੋਲੂਗਾ ਮੈਂ ਦੋ ਤਿੰਨ ਵਾਰੀ ਅੰਦਰ ਤੇਰਾ ਨਾਮ ਵੀ ਬੋਲੂਗਾ ਨਾ ਕਿ ਮੈਨੂੰ ਪਤਾ ਬਾਅਦ ਮੇਰੀ ਟਰਾਂਸਪੋਰਟ ਕਰਨ ੜਿਆ ਹਾਂ ਕਰਾਂਗੇ ਕਰਾਂਗੇ ਚੱਲਿਆ ਅੱਛਾ ਫਰਸ਼ੀ ਭਾਜੀ ਆ ਤੂੰ ਹਾਂ ਕਿੱਥੇ ਚੱਲਦੇ ਆ ਤੇ ਉਹ ਤੂੰ ਚੱਲ ਉਹ ਮੇਰੇ ਦਿਮਾਗ 'ਚ ਗੱਲ ਆਈ ਮੈਂ ਇੱਥੇ ਪੜਦਾ ਪਿਆ ਵਾਂ ਉਹ ਜਿਹੜਾ ਵੇ ਜਿਹਦੇ ਤੇ ਤੂੰ ਰੋਸਟ ਕੀਤਾ ਸੀ ਜਿਹੜੇ ਬੰਦੇ ਤੇ ਬਿਗ ਕੇਡਸ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਲਵ ਸਟੋਰੀ ਸੁਣਾਈ ਸੀ ਇੱਕ ਕਪਲ ਸੀ ਗੁਰਵਿੰਦਰ ਸਿੰਘ ਜਾਨਦੇ ਹੋਣੇ ਤੁਸੀਂ ਕਪਲ ਨੇ ਰੋਲਾ ਰੰਦੇ ਯਾਰ ਦੋਸਤ ਨੇ ਗੁਰਵਿੰਦਰ ਸਿੰਘ ਉਹਦਾ ਨਾਮ ਹੈ ਬਿਨੂ ਕ੍ਰਿਸ਼ਰ ਗੁਰਵਿੰਦਰ ਮਨਪ੍ਰੀਤ ਦਾ ਨਾਮ ਉਹਨਾਂ ਦਾ ਤੇ ਇਹੀ ਚੈਨਲ ਦਾ ਨਾਮ ਆ ਹਾਂ ਉਹ ਫਰੈਸ਼ੀ ਭਾਜੀ ਸੁਣਾਉਂਦੇ ਸੀ ਲਵ ਸਟੋਰੀਆਂ ਮਹੀਨੇ ਕ ਪਹਿਲਾਂ ਘਰ ਵਾਲੀ ਉਹ ਸੁਣੋਂ ਨਹੀਂ ਦਿੰਦੀ ਸੀ ਉਹਨੂੰ ਤੇ ਤੁਸੀਂ ਪਹਿਲਾਂ ਗੱਲ ਕਰੋ ਤੁਹਾਨੂੰ ਤੁਸੀਂ ਗੱਲ ਨੂੰ ਬੰਦ ਦਿੰਦੇ ਹੋ ਯਾਰਾ ਨਾ ਨਹੀਂ 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 ਇਹ ਗੱਲ ਮੇਰੇ ਸੁਣਨ ਵਾਲੀ ਆ ਹਾਂ ਇਹੀ ਗੱਲ ਆ ਕਿ ਫਰੈਸ਼ੀ ਭਾਜੀ ਨੇ ਰੋਸਟ ਕੀਤਾ ਸੀ ਇੱਕ ਚੈਨਲ ਹੈ ਬਿਗ ਕਿਡਸ ਕਰਕੇ ਨਾ YouTube ਤੇ ਉਹਨਾਂ ਨੇ ਆਪਣੀ ਲਵ ਸਟੋਰੀ ਸੁਣਾਈ ਸੀ ਗੁਰਵਿੰਦਰ ਤੇ ਮਨਪ੍ਰੀਤ ਕਰਕੇ ਕਪਲ ਏ ਤੇ ਉਹਨੇ ਸੁਣਾਈ ਲਵ ਸਟੋਰੀ ਫਰੈਸ਼ੀ ਭਾਜੀ ਨੇ ਕਰਤਾ ਉਹਨੂੰ ਰੋਸਟ ਤੇ ਉਹ ਮੁੰਡਾ ਮੁੜ ਕੇ ਸਟ੍ਰਾਈਕਾ ਭੇਜ ਰਿਹਾ ਸੀ YouTube ਨੂੰ ਕਦੀ ਲਿਖ ਰਿਹਾ ਸੀ ਮੈਂ ਮੈਂਟਲੀ ਬਹੁਤ ਡਿਪਰੈਸ਼ਨ ਚਾ ਮੇਰਾ ਕੰਮ ਕਰ ਰੋ ਗਿਆ ਮੇਰੇ ਬਿਜ਼ਨਸ ਨੂੰ ਇਨਾ ਘਾਟਾ ਪੈ ਗਿਆ ਇਹਨਾਂ ਨੇ ਮੈਨੂੰ ਰੋਸਟ ਕਰ ਛੱਡਿਆ ਤੇ ਭਾਜੀ ਪਹਿਲਾਂ ਪੰਗੇ ਕਿਉਂ ਲੈਂਦੇ ਹੋ ਹੈ ਤੇ ਫਰੈਸ਼ੀ ਭਾਜੀ ਨੂੰ ਆਈ ਸਟ੍ਰਾਈਕ ਤੇ YouTube ਕਹਿੰਦੀ ਹੈ ਕਿ ਘਟਨਾਤ ਕੱਟਦੇ ਨਹੀਂ ਕਟਣੀ ਤੇਰੀ ਮਰਜ਼ੀ ਹਨ ਤੇ ਫਰੈਸ਼ੀ ਭਾਜੀ ਵੀ ਤੂੰ ਰੋਸਟ ਕੀਤਾ ਤੇ ਤੂੰ ਰੋਸਟ ਕਿਉਂ ਕੀਤਾ ਪਹਿਲਾਂ ਤੇ ਮੈਨੂੰ ਇਹ ਗੱਲ ਦੱਸ ਰੋਸਟ ਕਿਉਂ ਕੀਤਾ ਤੂੰ ਪਾਜੀ ਦਰੋਸਤ ਆਪਾਂ ਸਾਰਿਆਂ ਨੂੰ ਕਰੀ ਦੇ ਜੀ ਗਲਤ ਲੱਗਦੀ ਆ ਲਵ ਸਟੋਰੀ ਜੇ ਤੁਸੀਂ ਸੁਣਾਓਗੇ ਆਪਣੀਆਂ ਠੀਕ ਆ ਕੀ ਲੋਕਾਂ ਨੂੰ ਕੀ ਸਾਡੇ ਆਪਣਾ ਮੈਂ ਮੈਂ ਇਦਾਂ ਫਸ ਗਈ ਮੈਂ ਨੂੰ ਰਾਤੀ ਨੰਬਰ ਮੰਗ ਲਿਆ ਦਿਨੇ ਮੈਂ ਫੇਰ ਮਿਲਣ ਚਲ ਗਈ ਉਸ ਤੋਂ ਬਾਅਦ ਅਗਰ ਜੇ ਆਪਾਂ ਫੇਰ ਮਿਲੇ ਫੇਰ ਮੇਰੀ ਫਰੈਂਡ ਬੜੀ ਓਪਨ ਮਾਈਂਡਡ ਐ ਤੇ ਉਹਨੇ ਕਿਹਾ ਹੈ ਕਿ ਕੋਈ ਨਾ ਤੁਸੀਂ ਮੇਰਾ ਨੰਬਰ ਤੋਂ ਉਹਨਾਂ ਨਾਲ ਗੱਲ ਕਰ ਲਓ ਫਿਰ ਮੈਨੂੰ ਪਹਿਲਾਂ ਮਿਸ ਕਾਲ ਕੀਤੀ ਤੇ ਇਦਾਂ ਕਰਦੇ ਸੀ ਉਦਾਂ ਕਰਦੇ ਸੀ ਫਿਰ ਇਹ ਵਿਆਹ ਤੇ दारू ਪੀ ਕੇ ਇਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ ਜੇ ਇਦਾਂ ਦੀ ਗੱਲਾਂ ਸੁਣਾਓਗੇ ਲੋਕਾਂ ਨੂੰ ਲੋਕਾਂ ਨੂੰ ਸਕੀਮਾਂ ਦਵੋਗੇ ਕਿ ਕਿੱਦਾਂ-ਕਿੱਦਾਂ ਮੈਂ ਫੱਸੀ ਆ ਤੇ ਫਿਰ ਉੱਤੇ ਭਾਜੀ ਕੋਈ ਨਾ ਕੋਈ ਰਿਐਕਸ਼ਨ ਤੇ ਆਊਗਾ ਹੀ ਹੁਣ ਤੁਸੀਂ ਆਪਣੇ ਕਮੈਂਟਸ ਦਾ ਥੋੜੇ ਡਿਲੀਟ ਕਰ ਦਿੰਦੇ ਜੇ ਤੁਹਾਡਾ ਗਲਤ ਆਵੇ ਤੇ ਫਿਰ ਲੋਕੀ ਤੁਹਾਨੂੰ ਕਿਦਾਂ ਰਿਐਕਸ਼ਨ ਦੇਣ ਉਹਦਾ ਤਾਂ ਕਹਿੰਦੇ ਗਾਇਸ ਸਾਨੂੰ ਪਿਆਰ ਦਿਆ ਕਰੋ ਜਦੋਂ ਗਾਇਸ ਤੁਹਾਨੂੰ ਪਿਆਰ ਦੇਣ ਤੇ ਆ ਗਏ ਨੇ ਕਿ ਗਾਇਸ ਤੁਹਾਨੂੰ ਸੱਚ ਦੱਸਣ ਕਿ ਤੁਹਾਡਾ ਕੀ ਰਿਐਲਿਟੀ ਹੈ ਉਹਦੋਂ ਤੁਸੀਂ ਗਾਇਸ ਨੂੰ ਸਟ੍ਰਾਈਕਾਂ ਭੇਜਦੇ ਹੋ ਹੁਣ ਉਹਨਾਂ ਨੇ ਸਟ੍ਰਾਈਕ ਮੈਨੂੰ ਭੇਜੀ ਸਟ੍ਰਾਈਕ ਚ ਪਹਿਲਾਂ ਬੜਾ ਬੜਾ ਲੈਟਰ ਤਕੜੇ ਸੀ ਇੱਕ ਦਿਨ ਉਹਨਾਂ ਦੀ ਮੈਨੂੰ ਤਾਂ ਜੂਟਨੇਟ ਤੇ ਮੇਲ ਕੀਤੀ ਨਾ ਕਿ ਹਾਂ ਤੁਹਾਡਾ ਆ ਗੱਲ ਹੋਈ ਹੈ ਤੇ ਤੁਹਾਨੂੰ ਆਪਾਂ ਫੇਰ ਯੂਜ਼ਰ ਰੱਖਿਆ ਕਟਣਾ ਹੁਣ ਸਟ੍ਰਾਈਕ ਭਜਦੇ ਤਰੀਕਾਂ ਦਾ ਪਰ ਉਹਨਾਂ ਨੇ ਸਟ੍ਰਾਈਕ ਭੇਜੀ ਕਿ ਨਹੀਂ ਮੈਨੂੰ ਮੈਂਟਲ ਟੌਰਚਰ ਹੋ ਰਿਹਾ ਮੈਂ ਹੋਰ ਕੰਮ ਤੇ ਫੋਕਸ ਨਹੀਂ ਕਰ ਪਾ ਰਿਹਾ ਹੋਰ ਕੰਮ ਹੈ ਕਿਹੜਾ ਮੇਰੇ ਵੀਰ ਹੋਰ ਕੰਮ ਹੈ ਕਿਹੜਾ ਕਿਹੜੇ ਕੰਮ ਤੇ ਫੋਕਸ ਕਰਨਾ ਤੂੰ ਵਲੌਗ ਹੀ ਬਣਾਉਣੇ ਨੇ ਉੱਤੇ ਦੱਸ ਤੂੰ ਕਮੈਂਟ ਤਾਂ ਆਪ ਡਿਲੀਟ ਕਰ ਦੇ ਨਾ ਤੈਨੂੰ ਕਿਹੜਾ ਟੌਰਚਰ ਕਰ ਰਿਹਾ ਮੈਂਟਲੀ ਮੇਰੀ ਫੈਮਿਲੀ ਮੈਨੂੰ ਟੌਰਚਰ ਕਰ ਰਹੀ ਹੈ ਤਾਂ ਫਿਰ ਨਾ ਪਾਓ ਤੂੰ ਆਪਣਾ ਡਿਲੀਟ ਕਰ ਦੇ ਪਹਿਲਾਂ ਨਾ ਨਵਾਂ ਇਹ ਚੀਜ਼ਾਂ ਕਰਿਆ ਕਰੋ ਹੁਣ ਜੇ ਮੈਂ ਨਾ ਬੋਲਦਾ ਕੋਈ ਹੋਰ ਬੋਲਦਾ ਫਿਰ ਕੀ ਕਰਦਾ ਚੱਲ ਤੂੰ ਮੇਰੇ ਤੇ ਸਟ੍ਰਾਈਕ ਭੇਜ ਤ ਕੀ ਗੱਲ ਬਾਕੀਆਂ ਨੇ ਵੀ ਕਰ ਲੈਗਾ ਕਿੰਨੇ ਕਿ ਚਾਲਾਂ ਦੀ ਕਰ ਲੈਗਾ ਕੱਲ ਨੂੰ ਇੱਥੇ ਕਿੰਨੇ ਬੰਦੇ ਥੱਲੇ ਬੋਲਦੇ ਕਿੰਨੇ ਨੂੰ ਰੋਕ ਲੈਗਾ ਤੇ ਪਤਾ ਨਹੀਂ ਲੋਕੀ ਬਾਜੀ ਦੱਸ ਜੇ ਤੁਸੀਂ ਨੈਟ ਤੇ ਆਉਂਦੇ ਹੋ ਤੇ ਅੱਗੇ ਸੱਚ ਸੁਣਨ ਦਾ ਵੀ ਜਿਗਰਾ ਰੱਖਿਆ ਕਰੋ ਹਾਂ ਤੁਸੀਂ ਲਵ ਸਟੋਰੀਆਂ ਸੁਣਾਉਂਦੇ ਹੋ ਲੋਕਾਂ ਦੇ ਬੱਚਿਆਂ ਨੂੰ ਵਿਗਾੜਦੇ ਹੋ ਕਿ ਕਿੰਨੇ ਵਜ ਰਾਤੀ ਫੋਨ ਲਾਓ ਕਿੰਨੇ ਵਜ ਕੁੜੀ ਫਸਦੀ ਹੈ ਕਿੱਦਾਂ ਫਸਦੀ ਹੈ ਕਿੱਥੇ ਨੰਬਰ ਛੱਟੋ ਕਿਹੜੀ ਬੱਸ ਚੋਂ ਨੰਬਰ ਚੱਕੋ ਤੇ ਇਹ ਫਿਰ ਇਹ ਤਾਂ ਫਿਰ ਇਹੀ ਹੋਣਾ ਸੀ ਮੈਂ ਰੋਸਟ ਕਰਤਾ ਬਾਜੀ ਫਿਰ ਚੱਕ ਤੇ ਫਿਰ ਸਟ੍ਰਾਈਕ ਆਈ ਤੇ YouTube ਨੇ ਨਹੀਂ ਅਪਰੂਵ ਕੀਤੀ ਜੀ ਉਹਨਾਂ ਦੀ ਬਿਲਕੁਲ ਬਿਲਕੁਲ ਨਹੀਂ ਨਹੀਂ ਫਰਜੀ ਭਾਜੀ ਗੱਲ ਤੇਰੀ ਵਾਲੀ ਸਹੀ ਹੈ ਵੀ ਪਹਿਲਾਂ ਹੀ ਪੰਗੇ ਨਾਲ ਉਹ ਹੈ ਨਾ ਲਵ ਸਟੋਰੀ ਐ ਇੰਦਾਂ ਦੇ ਸੁਣਾਦੇ ਕਿਉਂ ਉਹ ਹਾਲਾਂਕਿ ਇਹ ਦੀ ਮਾ ਵੀਡੀਓ ਵੇਖੀ ਹੈ ਲਵ ਸਟੋਰੀ ਵਾਲੀ ਇਹ ਵਿਚਾਰਾ ਚੱਕਰਿਆਂ ਵਿੱਚ ਇਹ ਨਹੀਂ ਸੁਣਾਣਾ ਚਾਹੁੰਦਾ ਪਿਆ ਸਟੋਰੀ ਤੁਸੀਂ ਵੀ ਵੇਖਿਓ ਤੁਸੀਂ ਆਪੇ ਤੁਹਾਨੂੰ ਸ਼ਕਲ ਤੋਂ ਪਤਾ ਲੱਗ ਜਾਣਾ ਮੁੰਡਾ ਤੇ ਲਵ ਸਟੋਰੀ ਸੁਣਾਣਾ ਨਹੀਂ ਚਾਹ ਰਿਹਾ ਕੁੜੀ ਉਹਨੂੰ ਧੱਕੇ ਨਾਲ ਕਹਿ ਰਹੀ ਵੀ ਲਵ ਸਟੋਰੀ ਸੁਣਾਈਏ ਮੁੰਡਾ ਹਲਾ ਟਾਲ ਵੀ ਰਿਹਾ ਉਹਨੂੰ ਵੀ ਨਹੀਂ ਨਹੀਂ ਇਦਾਂ ਨਹੀਂ ਗੜਬੜਤ ਹੋਈ ਮੈਂ ਤਾਂ ਤੈਨੂੰ ਪਹਿਲਾਂ ਨੰਬਰ ਮੰਗਿਆ ਹੀ ਨਹੀਂ ਉਹ ਕਵੇ ਨਹੀਂ ਤੂੰ ਮੰਗਿਆ ਉਹ ਕਹਿੰਦਾ ਮੈਂ ਤਾਂ ਮੰਗਿਆ ਹੀ ਨਹੀਂ ਮਤਲਬ ਕਿ ਸਮਝ ਉਹ ਚਾਹ ਨਹੀਂ ਰਿਹਾ ਸੀ ਉਹ ਦੱਸ ਵੀ ਰਿਹਾ ਵੀਡੀਓ ਚ ਕਹਿੰਦਾ ਕਿ ਮੈਂ ਨਹੀਂ ਸੀ ਚਾਹਦਾ ਉਹ ਕੁੜੀ ਕਹਿੰਦੀ ਵੀ ਪਈ ਕਹਿੰਦੀ ਇਹਨਾਂ ਦਾ ਮੰਨ ਨਹੀਂ ਸੀ ਐ ਤੇ ਜਦੋਂ ਨਹੀਂ ਸੀ ਮੰਨ ਕਿਉਂ ਅਗਲੇ ਨੂੰ ਹਨਾ ਵੀ ਕੰਪੈਲ ਕਰਦੇ ਧੱਕੇ ਨਾਲ ਬਣਾਈਏ ਬਣਾਈਏ ਲਵ ਸਟੋਰੀ ਮਾਪਿਓ ਦੀ ਵੀ ਇੱਜ਼ਤ ਹੁੰਦੀ ਹੈ ਤੇਰੇ ਭਰਾ ਨੇ ਵੀ ਕੱਲ ਨੂੰ ਉੱਠਣਾ ਬਹਿਣਾ ਯਾਰਾਂ ਦੋਸਤਾਂ ਚ ਕੀ ਅਗਲਾ ਕਿਹਨੇ ਦਾਰੂ ਪੀਤੀ ਚ ਘਾਤਣਾ ਤੇ ਤੇਰੀ ਭੈਣ ਤੇ ਨੰਬਰ ਫਿਰ ਫੜਦੀ ਫਿਰਦੀ ਹੈ ਸ਼ੋਪਿੰਗ ਮੋਲਾਂ ਚ YouTube ਤੇ ਅਗਲੇ ਨੇ ਜਦੋਂ ਹਿੱਟ ਕੀਤੀ ਨਾ ਇੱਥੇ ਗੱਲ ਸਮਝਿਆ ਕਰੋ ਥੋੜਾ ਜੀ ਯਾਰ ਸਮਝਿਆ ਕਰੋ ਭੈਣ ਭਰਾਵਾਂ ਵਾਲੀ ਤੁਸੀਂ ਕਿਉਂ ਵਾਲਿਓ ਕੋਈ ਵਿਆਹ ਤੋਂ ਪੜਦੇ ਰੱਖਦਾ ਹੈ ਕਿ ਕਿੱਦਾਂ-ਕਿਦਾਂ ਰਿਸ਼ਤਾ ਹੋਇਆ ਕਿੱਦਾਂ-ਕਿਦਾਂ ਪਲਵ ਸਟੋਰੀ ਕਿੱਦਾਂ ਗੱਲ ਹੈ ਕਿ ਆ ਮੈਨੂੰ ਇੱਥੇ ਮਿਲੇ ਆ ਆਪਣਾ ਪੜਦੇ ਸੀ ਇਕੱਠੇ ਹੁਣ ਉਹ ਉਦੋਂ ਵਿਆਹ ਹੋ ਗਿਆ ਮੰਨ ਲਓ ਕਹਿੰਦੇ ਸਾਡਾ ਵਿਆਹ ਬੜਾ ਮੁਸ਼ਕਲ ਹੋਇਆ ਮੇਰੇ ਘਰ ਦੇ ਬੜੇ ਔਖੇ ਮੰਨੇ ਵਿਆਹ ਹੋ ਗਿਆ ਮੰਨ ਲਓ ਹੁਣ ਜਦੋਂ ਘਰ ਦੇ ਦੇਖਦੇ ਹਣਗੇ ਹੈ ਹੈ ਰੱਜੀ ਰੱਜੀ ਆ ਕਰਦੀ ਫਿਰਦੀ ਰੱਜੀ ਰੱਜੀ ਉਹਦਾ ਮੈਂ ਨਾ ਬੋਲਾਂ ਨਾ ਰੱਜੀ ਨਾ ਨਹੀਂ ਹੈਗਾ ਉਹਦਾ ਤੇ ਉਹੀ ਗੱਲ ਆ ਕਿ ਆਪਣਾ ਤੁਸੀਂ ਆਪਣੇ ਵਿੱਚ ਕਰਦੇ ਤੈਨੂੰ ਕਿਦਾਂ ਫੇਸ ਕਰਨਗੇ ਹਨਾ ਕਿ ਸਾਡੀ ਕੁੜੀ ਤਾਂ ਆ ਕਰਦੀ ਫਿਰਦੀ ਸੀ ਤੇ ਬਾਅਦ ਚ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਪੀਤੀ ਖਾਧੀ ਚ ਇਹੋ ਜੀ ਗੱਲ ਕਿਸ ਨੂੰ ਬੋਲੇ ਜਾਵੇ ਨਾ ਤਾਂ ਫਿਰ ਵੱਧੂ ਚੀਜ਼ਾਂ ਵੱਜ ਜਾਂਦੀਆਂ ਨੇ ਮਸਲੇ ਵੱਜ ਜਾਂਦੇ ਹੁੰਦੇ ਨੇ ਤੇ ਬਾਅਦ ਚ ਕਹਿਣਾ ਕਿ ਨਹੀਂ ਚਲੋ ਰੱਬ ਕੀਤੀ ਹੋਗੀ ਪਰ ਜਦੋਂ ਗਲਤੀਆਂ ਤੇ ਆਪਣੀਆਂ ਰੱਬ ਕੀ ਕਰੇ ਉੱਥੇ ਹਾਂ ਅੱਛਾ ਇਹਨਾ ਇਹਨਾ ਚੋਂ ਬਾਹਰ ਨਿਕਲੀਏ ਹੋਰ ਪਥੋੜਾ ਜਿਹਾ ਸੈਂਸ ਜੀ 2 ਮਿੰਟ ਗੱਲ ਕਰ ਲਈਏ ਫਿਰ ਅਸੀਂ ਭਾਜੀ ਅੱਛਾ ਸਾਰਿਆਂ ਨੂੰ ਪਤਾ ਪਾ ਹੈ ਹਨਾ ਦੱਸਿਆ ਸੀ ਕਿ ਚੰਦਰਯਾਨ 3 ਜਿਹੜਾ ਰੌਕਟ ਭੇਜਿਆ ਆ ਮਿਸ਼ਨ ਮੂਨ ਮਿਸ਼ਨ ਇੰਡੀਆ ਨੇ ਭੇਜਿਆ ਚੰਨ ਤੇ ਉਹਨੇ ਲੈਂਡ ਹੋਣਾ 23 ਤਰੀਕ ਜਿੱਦਣ ਸਾਡਾ ਪੋਡਕਾਸਟ ਆਵੇ ਮੇਰਾ ਖਿਆਲ ਹੈ ਉਦਣ ਹੀ ਲੈਂਡ ਹੋਣਾ ਠੀਕ ਹੈ ਚੰਦਰਯਾਨ ਨੇ ਤੇ ਚੰਦਰਯਾਨ ਵੱਲ ਵੇਖ ਕੇ ਨਾ ਵੀ ਇੰਡੀਆ ਤਰੱਕੀ ਨਹੀਂ ਕਰ ਰਿਹਾ ਆਪਣੇ ਰੌਕਟ ਲਾਂਚਰ ਕਰ ਰਿਹਾ ਹੈ ਲਾਂਚ ਕਰ ਰਿਹਾ ਹੈ ਹਨਾ ਤੇ ਰਸ਼ੀਆ ਕਹਿੰਦਾ ਅਸੀਂ ਵੀ ਕਿਉਂ ਪਿੱਛੇ ਰਹਿ ਜੀ ਤੇ ਰਸ਼ੀਨ ਐਮਪਰਪੇ ਜਿਆ ਲੂਨਾ 25 ਸੀ ਉਸ ਮਿਸ਼ਨ ਦਾ ਨਾਮ ਉਹਨੇ ਭੇਜਿਆ ਰਾਕਟ ਆਪਣਾ ਅੱਛਾ ਇੰਡੀਆ ਨੇ ਇੰਨੀ ਮਿਹਨਤ ਕੀਤੀ ਵੇਖ ਲੈ ਹੈ ਇਹਨੇ ਚਿਰਾਂ ਤੋਂ ਲੱਗੇ ਨੇ ਤੇ ਇਹਨਾਂ ਨੇ ਦਬਦਬਾ ਫਰੈਸ਼ੀ ਭਾਜੀ ਤਿਆਰ ਕਰਕੇ ਤੇ ਭੇਜ ਵੀ ਦਿੱਤਾ ਤੇ ਉਹ ਕ੍ਰੈਸ਼ ਹੋ ਗਿਆ ਮਤਲਬ ਕਿ ਲੈਂਡ ਨਹੀਂ ਹੋਇਆ ਉਹ ਕ੍ਰੈਸ਼ ਹੋ ਗਿਆ ਚੰਨ 'ਚ ਜਾ ਕੇ ਵੱਜਾ ਤੇ ਇਹ ਕਾਲੀਦਾਨੇ ਤੀਜਾ ਫਰੈਸ਼ੀ ਭਾਜੀ ਕਾਲੀਦਾਨੇ ਤੀਜਾ ਰਸ਼ੀਨ ਕਾਮਯਾਬ ਨਹੀਂ ਹੋਇਆ ਮੇਰੇ ਸਿਰਫ ਇਹ ਕਹਿੰਦਾ ਮਤਲਬ ਕਿ ਰਸ਼ੀਨ ਕਾਮਯਾਬ ਨਹੀਂ ਹੋਇਆ ਕਾਲੀ ਕਰਕੇ ਥੋੜੀ ਉਹਨਾਂ ਨੇ ਬਾਅਦ ਸ਼ੁਰੂ ਬਾਅਦ ਲਾਂਚ ਕੀਤਾ ਸੀ ਨਾ ਤਾਂ ਮੈਨੂੰ 3-4 ਦਿਨ ਹੀ ਹੋਏ ਲਾਂਚ ਕੀਤੇ ਲੋਨਾ 25 ਨੂੰ ਨਾ ਸੋ ਉਹਨਾਂ ਕੋਲ ਟੈਕਨੋਲੋਜੀ ਜ਼ਿਆਦਾ ਹੈ ਉਹ ਜਲਦੀ ਪਹੁੰਚ ਸਕਦੇ ਨੇ ਤੇ ਆਪਣੇ ਥੋੜੇ ਬਜਟ 'ਚ ਰਹਿ ਕੇ ਚੱਲਦੇ ਨੇ ਪਰ ਹਜੇ ਵੀ ਆਪਣੇ ਦੇ ਅਪਡੇਟ ਇਹ ਹੈਗੀ ਹੈ ਕਿ ਸ਼ਾਇਦ 23 ਅਗਸਤ ਨੂੰ ਕਹਿ ਰਹੇ ਨੇ ਕਿ ਪਹੁੰਚ ਜੇ ਤੇ ਉਹਨਾਂ ਦੇ ਇੱਕ ਬਿਆਨ ਵੀ ਆਇਆ ਨਾ ਚੇਅਰਮੈਨ ਦਾ ਕਿ ਹੋ ਸਕਦਾ ਹੈ ਇਹ ਚ ਇੰਜਨ ਫੇਲ ਹੋ ਜਾਣ ਹੋ ਸਕਦਾ ਹੈ ਇਹਦੇ ਸੈਂਸਰ ਫੇਲ ਹੋ ਜਾਣ ਹੋ ਸਕਦਾ ਹੈ ਕਿੰਦਾ ਤਾਂ ਲੈਂਡਿੰਗ ਵਾਲਾ ਜਿਹੜਾ ਜਿਹੜਾ ਹੁੰਦਾ ਨਾ ਕਾਉਂਸਲ ਉਹ ਵੀ ਫੇਲ ਹੋ ਜਾਏ ਕਹਣਾ ਪਰਪਾਨੂ ਇਦਾਂ ਤਿਆਰ ਕੀਤਾ ਕਿ ਇਹ ਲੈਂਡ ਕਰੂਗਾ ਹੀ ਕਰੂਗਾ ਸਭ ਕੁਝ ਫੇਲ ਹੋ ਜੇ ਫਿਰ ਵੀ ਇਹ ਮੂਨ ਤੇ ਲੈਂਡ ਕਰੇਗਾ ਹੀ ਕਰੇਗਾ ਚੰ드ਰੀਯਾਨ ਤੇ ਬਾਕੀ ਦੇਖੋ ਹਾਂ ਕਾਲੀ ਦਾ ਨਤੀਜਾ ਬਾਜੀ ਜਿਆਦਾ ਰੇਸ ਉਹ ਕਹਿੰਦਾ ਕਛੂਏ ਦੀ ਚਾਲ ਨਹੀਂ ਹੁੰਦੀ ਜਿਹੜਾ ਇੱਕ ਖਰਗੋਸ਼ ਤੇ ਕਛੂਏ ਦੀ ਰੇਸ ਸੀਗੀ ਉਹ ਕੰਮ ਹੋਇਆ ਵਸ ਇੱਥੇ ਹਾਂ ਖਰਗੋਸ਼ ਪਹਿਲਾਂ ਪਹੁੰਚਣਾ ਚਾਹੁੰਦਾ ਸੀ ਪਰ ਪਹੁੰਚਿਆ ਨਹੀਂ ਹਾਂ ਕਿਉਂਕਿ ਅੱਜ ਕੱਲ ਰੇਸ ਲੱਗੀ ਨਾ ਸਾਰੇ ਅਮਰੀਕਾ ਚ ਆਪਣੇ ਯੂਰਪ ਚ ਰਸ਼ੀਆ ਚ ਇੰਡੀਆ ਚ ਚਾਨ ਤੇ ਦੁਬਾਰਾ ਫਿਰ ਰੇਸ ਸ਼ੁਰੂ ਹੋ ਗਈ ਨਾ ਕਿ ਕਿਹੜਾ ਪਹਿਲਾਂ ਪਹੁੰਚਦਾ ਤੇ ਕਈ ਬੰਦੇ ਕਹਿੰਦੇ ਨੇ ਵੀ ਇੰਡੀਆ ਦੇ ਜਿਹੜਾ ਰੌਕਟ ਹੈ ਉਹਨੂੰ ਇੰਨੇ ਦਿਨ ਲੱਗੇ ਨੇ ਮਲਕੀ ਮਹੀਨਾ ਹੋ ਗਿਆ ਉਹਨੂੰ ਭੇਜੇ ਨੂੰ ਹਣਾ ਅਜੇ ਤੱਕ ਨਹੀਂ ਪਹੁੰਚਿਆ ਤੇ ਰਸ਼ੀਆ ਨੇ ਪਹਿਲਾਂ ਭੇਜਿਆ ਤੇ ਉਹਦਾ ਕਿਦਾਂ ਪਹੁੰਚ ਗਿਆ ਇੰਡੀਆ ਨੇ ਕੀਤੀ ਬਚਤ ਇਹ ਭੇਜ ਰਿਹਾ ਬਿਨਾ ਮਤਲਬ ਕਿ ਘੱਟ ਤੇਲ ਖਰਚੇ ਪੰਜਾਬੀ ਚ ਸਮਝਾਣਾ ਹੋਵੇ ਤੇ ਬਿਲਕੁਲ ਘੱਟੇ ਦਾ ਮਤਲਬ ਘੱਟ ਤੇਲ ਲੱਗੇ ਠੀਕ ਹੈ ਤੇ ਇਸ ਕਰਕੇ ਨਾ ਤੇ ਰਸ਼ੀਆ ਉਹ ਤੇਲ ਤੂਲ ਵਾਧੂ ਉਹ ਕਹਿੰਦਾ ਝੱਕੋ ਕੰਮ ਸਪੀਡ ਇਸ ਕਰਕੇ ਤੇ ਭਾਜੀ ਇੱਕੋ ਤੁਸੀਂ ਉਹ ਵੀ ਵੀਡੀਓ ਦੇਖੀਣੀ ਬੜੇ ਇੰਟਰਨੈਟ ਤੇ ਵਾਇਰਲ ਹੋ ਰਹੀ ਆ ਕਿ ਉਹ ਪੁਲਸ ਵਾਲਾ ਕੋਈ ਹੈਗਾ ਆ ਉਧਰੋਂ ਆਪਣਾ ਚਾਰਖੰਡ ਸਾਈਡ ਤੇ ਕੁਝ ਵੀ ਹਨਾ ਉਹਨੇ ਇੱਕ ਮੋਟਰਸਾਈਕਲ ਰੋਕਦਾ ਉਹ ਕੁੜੀ ਮੁੰਡਾ ਮੋਟਰਸਾਈਕਲ ਤੇ ਬੈਠੇ ਹੁੰਦੇ ਹਨਾ ਤੇ ਉਹ ਸਟicker ਉੱਤੇ ਲੱਗਾ ਦਾ ਮੂਸੇ ਵਾਲੇ ਦਾ ਤੇ ਉਹਦੇ ਉੱਤੇ ਸਟicker ਹਲ ਉਂਗਲ ਕਰਕੇ ਕਹਿੰਦਾ ਕਿ ਇਹ ਸਿੱਧੂ ਕਿਸ ਦੀ ਫੋਟੋ ਲਗਾਈ ਹੈ ਇਹ ਤਾਂ ਅਤਵਾਦੀ ਹੈ ਹਨਾ ਉਹ ਦੇਖੀ ਵੀਡੀਓ ਪਈ ਤੁਸੀਂ ਲੈ ਕਿੰਨੇ ਨਹੀਂ ਵੇਖੀ ਉਹ ਵੀਡੀਓ ਮम्मा ਸਾਰੇ ਨੇ ਵੇਖੀ ਉਹ ਵੀਡੀਓ ਆ ਹੋਈ ਆ ਨਾ ਪੁਲਸ ਵਾਲਾ ਕਿੱਡਾ ਬਗੈਰਤ ਇਨਸਾਨ ਹੈ ਇਹ ਅਸਲ ਚ ਅਸਰ ਪਤਾ ਕਿਹਦਾ ਫਰੇਚੀ ਪਾਦੀ ਉਹ ਜਿਹੜੇ ਬਹਿ ਕੇ ਮੇਜਰ ਗੁਰਵਾਰੀਆ ਨਹੀਂ 24 ਘੰਟੇ ਕਹਿੰਦਾ ਹੁੰਦਾ ਅੱਤਵਾਦੀ 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 ਇਹ ਉਹਦਾ ਸਰਫ ਇਹ ਉਹਦਾ ਸਰਫ ਹੈ ਜੀ ਭਾਜੀ ਤਾਂ ਹੀ ਤੇ ਮੈਂ ਕਹਿਣਾ ਹਾਂ ਨਾ ਵੀ ਇਹਨਾਂ ਨੂੰ ਨੱਥ ਪਾਣੀ ਬੜੀ ਜ਼ਰੂਰੀ ਮੇਜਰ ਗੁਰਵਾਰੀਆ ਵਰਗਿਆਂ ਨੂੰ ਗੋਦੀ ਮੀਡੀਆ ਨੂੰ ਇਹ ਟੁੱਟੇ ਛੱਤਰ ਵਾਂਗੂ ਵਧੀ ਜਾ ਰਹੇ ਨੇ ਸਾਡੇ ਬੰਦੇ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਤੇ ਇਹ ਉਹਨਾਂ ਨੂੰ ਅੱਤਵਾਦੀ ਅੱਤਵਾਦੀ ਕਹਿ ਕੇ ਹੁਣ ਇਹ ਪੀਟੀ ਲੋੜੇ ਬੂਟ ਪਾਏ ਸੀ ਉਹ ਤੇ ਥੱਲੇ ਵੀ ਕਹਿੰਦੇ ਪਏ ਸੀ ਇਹਨੂੰ ਲੋੜ ਹੈ ਲੋਰੈਂਸ ਬਿਸ਼ਨੋਈ ਦੀ ਲੋਰੈਂਸ ਬਿਸ਼ਨੋਈ ਬਈਆ ਕੀ ਜੈ ਇਹਦਾ ਬੰਦੇ ਕਹਿੰਦੇ ਇਹਨੂੰ ਇਹ ਪੀਟੇ ਲੋਨੂ ਨਾ ਆਉਤ ਲੋਕ ਕਮੈਂਟ ਕਰਨ ਦੇ ਸੀ ਲੋਰੈਂਸ ਬਿਸ਼ਨੋਈ ਕੀ ਜੈ ਬਟਨ ਕਲਿਕ ਹੈ ਰਦਨ ਕਮੈਂਟ ਹੁੰਦੇ ਨੇ ਇੰਸਟਾਗ੍ਰਾਮ ਤੇ ਆਹੋ ਤੇ ਹੁਣ ਆਹ ਪੁਲਸੜ ਜਿਹੜੀ ਆਈ ਹੈ ਇਹ ਸ਼ਾਇਦ ਤਾਂ ਨਾ ਭੂਸ਼ਣ ਕਮਾਰ ਸੀ ਤੇ ਚਾਰਖੰਡ ਪੁਲਸ ਦਾ ਹੈਗਾ ਤੇ ਹੁਣ ਇਹ ਬਾਅਦ ਵਿੱਚ ਮਾਫੀ ਮੰਗ ਗਿਆ ਸ਼ਾਇਦ ਲੇਟਸਟ ਇੰਟਰਵਿਊ ਦੇਖੀ ਹੋਵੇ ਆਹੋ ਵੀ ਮੈਂ ਵੇਖੀ ਬਾਅਦ ਵਿੱਚ ਕਹਿੰਦਾ ਕਿ ਹੂੰ ਉਹ ਵੀ ਮੈਂ ਵੇਖੀ ਆਫਰੇਜ ਭਾਜੀ ਕੀ ਕਹਿੰਦਾ ਪੈਸੇ ਲਈ ਪਫਟੰਗ ਹੋ ਗਈ ਕਹਿੰਦਾ ਮੇਰੀ ਸਲੀਪ ਉਹ ਟੰਗ ਸੀ ਨੌਲੇਜ ਮੈਨੂੰ ਘੱਟ ਸੀਗੀ ਤੇ ਮੈਂ ਉਹਦੇ ਮਾਪਿਓ ਤੋਂ ਮਾਫੀ ਮੰਗਦਾ ਆਂ ਦੋ ਉਹ ਕੀ ਜੇ ਹਨਾ ਕਿਉਂਕਿ ਉਹ ਪੱਤਰਕਾਰ ਨੇ ਕਿਹਾ ਨਾ ਕਿ ਤੈਨੂੰ ਤੁਹਾਨੂੰ ਪਤਾ ਹੈ ਕਿ ਉਹਦੇ ਮਾਪਿਓ ਕਿੰਨੇ ਚਿਰ ਦਾ ਇਨਸਾਫ ਦੀ ਗੁਹਾਰ ਲਾ ਰਹੇ ਨੇ ਸਰਕਾਰ ਤੋਂ ਤੇ ਤੁਹਾਡੀ ਇਹ ਵੀਡੀਓ ਉਹਨਾਂ ਦੇ ਦਿਲ ਤੇ ਕਿੱਦਾਂ ਵੱਜੇਗੀ ਕਿ ਤੁਸੀਂ ਉਹਨਾਂ ਦੇ ਪੁੱਤ ਨੂੰ ਅੱਤਵਾਦੀ ਕਹਿ ਰਹੇ ਹੋ ਹੂੰ ਬਿਲਕੁਲ ਬਿਲਕੁਲ ਇਹਦੀ ਮਾਫੀ ਮਾਫੀ ਕੀ ਯਾਰ ਇਹ ਅਸਲ ਚ ਸਾਰਾ ਗੋਦੀ মিডিਆ ਦਾ ਕੀਤਾ ਕਰਾਇਆ ਵੇ ਨਫ਼ਰਤ ਜਿਹੜਾ 24 ਘੰਟੇ ਬੈਠ ਕੇ ਅੱਤਵਾਦੀ ਖਾਲਿਸਤਾਨੀ ਕਹਿੰਦੇ ਰਹਿੰਦੇ ਨੇ ਉਹਨਾਂ ਦਾ ਨਤੀਜਾ ਫਿਰ ਅਸੀਂ ਭਾਜੀ ਆ ਇਹ ਤੇ ਪੁਲਿਸ ਵਾਲੇ ਨੂੰ ਦੇਖੋ ਤੁਸੀਂ ਪੁਲਿਸ ਵਾਲਾ ਪੜਿਆ ਲਿਖਿਆ ਉਹ ਕਿ ਉਹ ਨੂੰਏ ਲੱਗਦਾ ਕਿ ਇਹ ਹੱਤਵਾਦੀ ਏ ਸਿੱਧੂ ਮੂਸੇ ਵਾਲਾ ਤੇ ਆਮ ਜਿਹੜੇ ਛੋਟੇ ਮੋਟੇ ਮੁੰਡੇ ਨੇ ਜਿਹੜੇ ਸਕੂਲ ਜਾਂਦੇ ਨੇ ਕੁੜੀਆਂ ਕੋਲ ਜਾਂਦੀਆਂ ਉਹ ਵੀ ਇਦਾਂ ਸੋਚਦੀਆਂ ਨੇ ਉਹ ਵੀ ਹੱਤਵਾਦੀ ਸੋਚਦੀਆਂ ਨੇ ਬਿਲਕੁਲ ਭਾਈ ਉਹ ਸਾਰੇ ਪੰਜਾਬੀ ਸਿੰਗਰਾਂ ਨੂੰ ਮੈਂ ਉਹ ਹੀ ਸਾਰੇ ਪੰਜਾਬੀ ਸਿੰਗਰਾਂ ਨੂੰ ਉਹ ਖਾਲਿਸਤਾਨੀ ਕਹਿੰਦੇ ਨੇ ਸਾਰਿਆਂ ਨੂੰ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਮੇਜਰ ਦੀ ਇੱਕ ਪਿੱਛੇ ਤੁਸੀਂ ਵੀਡੀਓ ਯੂਜ਼ ਕੀਤੀ ਜਿਹਦੇ ਵਿੱਚ ਉਹ ਕੁੜੀ ਉਹਨੂੰ ਬੋਲ ਰਹੀ ਹੈ ਸਿੱਧੂ ਮੂਸੇ ਵਾਲਾ ਵੀ ਤੁਸੇ ਮੈਂ ਹੈ ਸੋ ਸਾਰਿਆਂ ਨੂੰ ਉਹਨਾਂ ਨੂੰ ਲੱਗਦਾ ਕਿ ਹਾਂ ਜਿਹੜੇ ਬੰਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਉਹ ਸਿੱਧੂ ਮੂਸੇ ਵਾਲੇ ਕਰੀ ਗਾਣਾ ਵੀ ਗਾਏ ਫਾਰਮ ਪ੍ਰੋਟੈਕਟ ਤੇ ਉਹ ਸਾਰੇ ਹੱਦ ਤੱਕ ਅਧੀਨ ਨੇ ਕਿਉਂਕਿ ਐਦਾਂ ਦਾ ਨੈਰੇਟਿਵ ਬਣਾਇਆ ਜਾਂਦਾ ਪਰ ਗਲਤ ਹੈ ਬਈ ਜੋ ਵੀ ਹੈ ਗਲਤ ਹੈ ਉਹ ਅੱਜ ਖਬਰ ਨਹੀਂ ਆ ਕੇ ਨਿਕਲ ਕੇ ਆਈ ਯਾਰ ਉਹਦਾ ਜਿਹੜੇ ਸਿੱਧੂ ਮੂਸੇ ਵਾਲੇ ਦੇ ਕਾਤਲ ਸੀ ਉਹਨਾਂ ਨੇ ਜਾ ਕੇ ਭਾਜੀ ਦਾ ਇੱਕ ਬੰਦਾ ਸੀ ਉਹਦਾ ਨਾਂ ਕੀ ਸੀ ਫਰੈਸ਼ ਭਾਜੀ ਮਨੂੰ ਨਾਪੋ ਲਗਾਈ। ਅਹਮ ਵਿਕਾਸ ਵਿਕਾਸ ਸਿੰਘ ਵਿਕਾਸ ਵਿਕਾਸ ਸਿੰਘ ਹਨਾ ਉਹਦੇ ਉਹਨੇ ਟ੍ਰੇਨਿੰਗ ਟ੍ਰੂਨਿੰਗ ਦਵਾਈ ਇਹਨਾਂ ਨੂੰ ਸਾਰੀ। ਮਤਲਬ ਉਹਦੀ ਉਹਨੇ ਪਨਾ ਦਿੱਤੀ ਸਿੱਧੂ ਮੂਸੇ ਵਾਲੇ ਦੇ ਕਾਤਲਾਂ ਨੂੰ ਜਿਹੜਾ ਬੀਜੇਪੀ ਦਾ ਮੈਂ ਕਹਿੰਦੇ ਆ ਵਾ ਵਿਕਾਸ ਸਿੰਘ ਵੇਖ ਲੈ ਕਿੱਥੇ ਤੱਕ ਕਨੈਕਸ਼ਨ ਮੈਂ ਤੇ ਫਰੈਸ਼ੀ ਭਾਜੀ ਪਹਿਲੇ ਦਿਨ ਤੋਂ ਨਹੀਂ ਕਹਿੰਦਾ ਪਿਆ ਯਾਰ ਇਹ ਸਾਰਾ ਜਿਹੜਾ ਚੱਕਰੇ ਨਾ ਇਹ ਮਰਿਆ ਹੈ ਸਰਕਾਰ ਨੇ ਸਿੱਧੂ ਮੂਸੇ ਵਾਲਾ ਉਹਨੇ ਪੰਜਾਬ ਜੈਦੂ ਦਾ ਉਹਨੇ ਪੰਜਾਬ ਗੀਤ ਗਾਇਆ ਸੀ ਨਾ ਫਰੈਸ਼ੀ ਭਾਜੀ ਇਹ ਉਦੂਦਾਰ ਨਜ਼ਰਾ ਜੇ ਚੜ ਗਿਆ ਸਿੱਧੂ ਮੂਸੇਵਾਲਾ ਐਜੰਸੀਆਂ ਦੇ ਵੀ ਇਹ ਬੰਦਾ ਮਾਰਨਾ ਵੇ ਤੇ ਆਪਾਂ ਫਰੈਸ਼ੀ ਭਾਜੀ ਐਂਡ ਵਾਲ ਵਧੀਏ ਹੁਣ ਐਂਡ ਲ ਆਪਾਂ ਗੱਲਬਾਤ ਕਰਨੀ ਐਂਡ ਲਈ ਸਾਡੇ ਕੋਲ ਟੌਪਿਕ ਹੈਗਾ ਇਟਲੀ ਦੇ ਗੁਰੂ ਘਰ ਚ ਲੜਾਈ ਤੋਂ ਪਕੜੀਆਂ ਹੈਗਾ ਇਹ ਬੜਾ ਸੀਰੀਅਸ ਮੁੱਦਾ ਹੈ ਗੱਲ ਹੁਣ ਸੁਣ ਕੇ ਜਾਓ ਸਾਰੇ ਜੀ ਨੇ ਇਹ ਕੋਈ ਐਸੀ ਵੇਚੀ ਗੱਲ ਨਹੀਂ ਪੁੱਤ ਨੂੰ ਮੈਂ ਪੂਰੀ ਡਿਟੇਲ ਚ ਗੱਲ ਦੱਸਦਾ ਅੱਛਾ ਫਰੈਸ਼ੀ ਭਾਜੀ ਸਾਡੇ ਇੱਥੇ ਨਾ ਇਟਲੀ ਚ ਇੱਕ ਸ਼ਹਿਰ ਪੈਂਦਾ ਪੋਰਦੇ ਨੋਨੇ ਉਹ ਸ਼ਰਦ ਨਾ ਪੋਰਦੇ ਨੋਨੇ ਉੱਥੇ ਸਨ 2000 ਦੇ ਵਿੱਚ ਇੱਕ ਗੁਰਦੈਰਾ ਖੁੱਲਦਾ ਠੀਕ ਹੈ ਸਾਹਨਨ 2000 ਦੇ ਵਿੱਚ ਉਥੇ ਇੱਕ ਗੁਰਦਰਾ ਖੁੱਲਦਾ ਤੇ ਤੁਹਾਨੂੰ ਪਤਾ ਬਾਹਰ ਗੁਰਦਰਾ ਲੈ ਆ ਜਾਂਦਾ ਕਿਸ਼ਤਾਂ ਦੇ ਉੱਤੇ ਹੈ ਨਾ ਪੀਨੇ ਸਾਲ ਦੀਆਂ ਹੀ ਕਿਸ਼ਤਾਂ ਦਵਾਂਗੇ 20 ਸਾਲ 25 ਸਾਲ ਦੀਆਂ ਤੋਂ ਉਸ ਤੋਂ ਬਾਅਦ ਗੁਰਦਾਰੇ ਦੀ ਬਿਲਡਿੰਗ ਜਿਹੜੀ ਉਹ ਫ੍ਰੀ ਹੋ ਜਾਂਦੀ ਕਿਸ਼ਤਾ ਤਾਰ ਕੇ ਠੀਕ ਹੈ ਇਹ ਗੁਰਦਰਾ ਲੈਂਦੇ ਨੇ ਦੋ ਪ੍ਰਧਾਨ ਹੁੰਦੇ ਨੇ ਇੱਥੇ ਦੇ ਜਿਹੜੇ ਮੋਹਤਵਾਰ ਬੰਦੇ ਹੁੰਦੇ ਨੇ ਕੁਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਠੀਕ ਹੈ ਕੁਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹ ਦੋ ਬੰਦੇ ਹੁੰਦੇ ਨੇ ਮੋਰੀ ਜਾਨੀ ਕਿ ਪ੍ਰਧਾਨ ਲਾ ਲੋ ਮੋਰੀ ਲਾ ਲੋ ਕਮੇਟੀ ਲਾ ਲੋ ਇਹ ਦੋ ਬੰਦੇ ਜਾਨੀ ਕਿ ਉਹ ਗੁਰਦਾਰੇ ਦੀ ਇਮਾਰਤ ਖਰੀਦਦੇ ਨੇ ਆਪਣੇ ਡਾਕੂਮੈਂਟਾਂ ਤੇ ਕਿਸ਼ਤਾਂ ਕਰਾਉਂਦੇ ਨੇ ਬੈਂਕ ਕੋਲੋਂ ਆਪਣੇ ਡਾਕੂਮੈਂਟ ਦੇ ਕੇ ਕਿ ਅਸੀਂ ਗੁਰਦਾਰੇ ਦੇ ਪ੍ਰਧਾਨ ਨੇ ਸਾਨੂੰ ਇਹ ਬਿਲਡਿੰਗ ਚਾਹੀਦੀ ਏ ਠੀਕ ਹੈ ਬੈਂਕ ਇਹਨਾਂ ਨੂੰ ਉਹ ਬਿਲਡਿੰਗ ਦੇ ਦਿੰਦਾ ਤੇ 20 ਸਾਲ ਦੀਆਂ ਕਿਸ਼ਤਾਂ ਕਰ ਲੈਂਦਾ ਸਹੀ ਏ ਫੇਰ ਫਰੈਸ਼ੀ ਭਾਜੀ ਕੁਝ ਸਾਲਾਂ ਬਾਅਦ ਕੀ ਹੁੰਦਾ 2008 ਦੇ ਵਿੱਚ ਸੰਗਤ ਵੱਲੋਂ ਮੰਗ ਉੱਠਦੀ ਏ ਕਿ ਜਿਹੜੇ ਗੁਰਦਾਰੇ ਦਾ ਪ੍ਰਧਾਨ ਨਹੀਂ ਹੈਗਾ ਉਹਦੀ ਕਰਿਆਨੇ ਦੀ ਦੁਕਾਨ ਤੇ ਉਹ ਆਪ ਕਰਿਆਨੇ ਦੀ ਦੁਕਾਨ ਤੇ ਉਹਨੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਬੀਅਰ ਦੀਆਂ ਬੋਤਲਾਂ ਰੱਖੀਆਂ ਤੇ ਪ੍ਰਧਾਨ ਬਦਲੋ ਤੇ ਜਾ ਇਹਨੂੰ ਇਹਨੂੰ ਕੋਈ ਵੀ ਇਹ ਕੰਮ ਛੱਡੇ ਕਿਉਂਕਿ ਤੁਹਾਨੂੰ ਪਤਾ ਪ੍ਰਧਾਨ ਦੀ ਜ਼ਿੰਮੇਵਾਰੀ ਬੜੀ ਬੜੀ ਵੱਡੀ ਹੁੰਦੀ ਫਰੇਸ਼ੀ ਪਾਜੀ ਇੱਕ ਪ੍ਰਧਾਨ ਕੋਲ ਦਰਦਾ ਹੋ ਕੇ ਤੇ ਵੀ ਬੀਰਾ ਸ਼ਰਾਬ ਤਮਾਕੂ ਵੇਚਦਾ ਹੋਵੇ ਤੇ ਕੋਈ ਅੱਛੀਆਂ ਗੱਲਾਂ ਨਹੀਂ ਐ ਤੇ ਉਹ ਫਰੇਸ਼ੀ ਪਾਜੀ ਸੰਗਤ ਵੱਲੋਂ ਮੰਗ ਉੱਠੀ ਤੇ ਉਦੋਂ ਇਹਨਾਂ ਨੇ ਕਿਹਾ ਵੀ ਪ੍ਰਧਾਨ ਨੇ ਕਿਹਾ ਵੀ ਮੈਂ ਮੇਰੇ ਡਾਕੂਮੈਂਟ ਲੱਗੇ ਹੋਏ ਨੇ ਹਨਾ ਵੀ ਮੈਂ ਕਿਸ਼ਤਾਂ ਤਾਰ ਰਿਹਾ ਵਾਂ ਇਸ ਕਰਕੇ ਕਾਨੂੰਨੀ ਪ੍ਰਕਿਰਿਆ ਵੇ ਮੈਂ ਇਹਦਾ ਲੱਥ ਨਹੀਂ ਸਕਦਾ ਜਦੋਂ ਕਿਸ਼ਤਾਂ ਲੱਤ ਜਾਣਗੀਆਂ ਉਦੋਂ ਮੈਂ ਆਪੇ ਛੱਡ ਕੇ ਚਲ ਜਾਵਾਂਗਾ ਪ੍ਰਧਾਨ ਜੀ ਸਹੀ ਹੈ ਫਿਰ 2014 ਚ ਵੀ ਇੱਕ ਵਾਰੀ ਮਸਲਾ 2014 ਚ ਵੀ ਇੱਕ ਵਾਰੀ ਮਸਲਾ ਉੱਠਿਆ ਤੇ ਕੋਈ ਉਦੋਂ ਵੀ ਕੋਈ ਗੱਲਬਾਤ ਹੋਈ ਉਦੋਂ ਮੈਨੂੰ ਸਹੀ ਤਰ੍ਹਾਂ ਗੱਲ ਦਾ ਨਹੀਂ ਪਤਾ ਉਦੋਂ ਵੀ ਇਹੀ ਮੰਗ ਉੱਠੀ ਵੀ ਪ੍ਰਧਾਨ ਬਦਲੋ ਵੀ ਇਹ ਗਲਤ ਬੰਦਾ ਹੈ ਗਲਤ ਹਰਕਤਾਂ ਕਰਦਾ ਹੈ ਜੋ ਵੀ ਹੈ ਤੇ ਉਦੋਂ ਵੀ ਇੰਨਾ ਨੇ ਨਾ ਘਰ ਘੁਰ ਕੇ ਵੀ ਅਸੀਂ 2000 ਜਦੋਂ ਕਿਸ਼ਤਾ ਖਤਮ ਹੁੰਦੀ ਹੈ ਉਦੋਂ ਅਸੀਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਾਂਗੇ। ਸੰਗਤ ਨੇ ਕਿਹਾ ਠੀਕ ਹੈ 2023 ਆ ਗਿਆ 2023 ਦੇ ਵਿੱਚ ਪ੍ਰਧਾਨਗੀ ਛੱਡਣ ਦਾ ਟਾਈਮ ਆ ਗਿਆ ਪ੍ਰਧਾਨਗੀ ਛੱਡਣ ਦਾ ਟਾਈਮ ਆ ਗਿਆ ਤੇ ਭਾਜੀ ਕਹਿੰਦੇ ਨੇ ਅਸੀਂ ਤੇ ਉਦੋਂ ਕੋ ਵਾਦਾ ਕੀਤਾ ਨਹੀਂ ਸੀ ਆ। ਸਮਝਿਆ ਗੱਲ? ਤੇ ਫੇਰ ਨਾ ਇਹਨਾਂ ਨੇ ਕੀ ਕੀਤਾ ਕਿ ਵੇਖ ਲੋ ਬੰਦੇ ਨੇ ਪ੍ਰਧਾਨਗੀ ਛੱਡਣ ਛੱਡਣ ਵਾਸਤੇ ਨਾ ਵੇਖੋ ਵਿਉਂਤਾਂ ਕਿਦਾਂ ਘੜਦੇ ਨੇ। ਫੇਰ ਇਹ ਇਲਜ਼ਾਮ ਲਾਉਣ ਲੱਗ ਪਏ। ਇਕ ਇੱਕ ਨਾ ਗਰੰਥੀ ਇਹਨਾਂ ਨੇ ਬੁਲਾਇਆ ਸੀ ਇੰਡੀਆ ਤੋਂ ਨਾ ਪਾਠ ਕਰਨ ਵਾਸਤੇ। ਉਹ ਸੀ ਬੰਦਾ ਕੱਚਾ ਉਹਦੇ ਕੋਲ ਪੇਪਰ ਨਹੀਂ ਸੀ ਗਰੰਥੀ ਦੇ ਕੋਲ ਨਾ ਤੇ ਇਹਨਾਂ ਨੇ ਇਲਜ਼ਾਮ ਲਾਣੇ ਸ਼ੁਰੂ ਕਰਤੇ ਵੀ ਇਹਨੇ ਕੁੜੀ ਨਾਲ ਗਰੰਥੀ ਨੇ ਗਲਤ ਕੰਮ ਕੀਤੇ ਗਰੰਥੀ ਵੀ ਅੜ ਗਿਆ ਜਿਹੜਾ ਨਵਾਂ ਗਰੰਥੀ ਜਿਹੜਾ ਨਵਾਂ ਗਰੰਥੀ ਸੀ ਮੇਰੇ ਕੱਚੇ ਤੌਰ ਤੇ ਗਰੰਥੀ ਹਣਾ। ਹਾਂ ਤੇ ਗਰੰਥੀ ਕਵੇ ਕਿ ਮੇਰੇ ਮੇਰੀ ਵੀਡੀਓ ਦਿਖਾਓ ਗਰੰਥੀ ਨਾਲ ਸਾਰੀ ਸੰਗਤ ਤੇ ਇਹਨਾਂ ਨੇ ਕੋਈ ਵੀਡੀਓ ਨਹੀਂ ਦਿਖਾਈ ਮੁੜ ਕੇ ਇਹਨਾਂ ਨੇ ਪੁਲਿਸ ਨੂੰ ਫੋਨ ਲਾ ਦਿੱਤਾ ਪ੍ਰਧਾਨਾ ਨੇ ਸੁਖਵਿੰਦਰ ਸਿੰਘ ਤੇ ਆ ਜਿਹੜਾ ਜਿਹਦਾ ਮੈਂ ਨਾਲ ਲੈ ਰਿਆ ਪ੍ਰਧਾਨਾ ਨੇ ਲਾਤਾ ਪੁਲਿਸ ਨੂੰ ਫੋਨ ਤੇ ਪੁਲਿਸ ਨੂੰ ਕਹਿੰਦੇ ਨੇ ਇੱਕ ਕੱਚਾ ਬੰਦਾ ਹੈ ਗੁਰਦੁਾਰੇ ਦੇ ਅੰਦਰ ਬੈਠਾ ਹੈ ਇਹਨੂੰ ਲੈ ਜਾਓ ਆ ਕੇ ਹੁਣ ਤੈਨੂੰ ਪਤਾ ਹੈ ਫਰੈਸ਼ੀ ਭਾਜੀ ਪੁਲਿਸ ਅੰਦਰ ਗੁਰਦੁਾਰੇ ਨਹੀਂ ਵੜ ਸਕਦੀ ਹੈਨਾ ਬਿਲਕੁਲ ਇਹ ਧੱਕੇ ਨਾਲ ਉਹਨਾਂ ਨੂੰ ਲਿਫਾਫੇ ਦੇਣ ਪੁਲਿਸ ਕਹਵੇ ਅਸੀਂ ਬੂਟ ਪਾਏ ਨੇ ਅਸੀਂ ਨਹੀਂ ਵੜ ਸਕਦੇ ਕਹਿੰਦੇ ਨਹੀਂ ਤੁਸੀਂ ਬੂਟਾਂ ਤੇ ਨਾ ਲਿਫਾਫੇ ਚਾੜ ਕੇ ਤੇ ਜਾਓ ਗੁਰਦੁਾਰੇ ਦਾ ਪ੍ਰਧਾਨ ਆਪ ਮਹਾਰਾਜ ਦੀ ਹਜ਼ੂਰੀ 'ਚ ਪੁਲਿਸ ਨੂੰ ਭੇਜ ਰਿਹਾ ਕਿ ਤੁਸੀਂ ਜਾਓ ਵੇਖ ਲਓ ਇਦਾਂ ਦੇ ਪ੍ਰਧਾਨ ਯਾਰ ਜਦੋਂ ਸਾਡੇ ਪ੍ਰਧਾਨ ਇਦਾਂ ਦੇ ਹੁਣ ਸਾਡੀ ਸਿੱਖੀ ਕਿਉਂ ਨਾ ਹੋਖਲੀ ਹੋਵੇ ਕਿ ਤੁ ਸਾਡੀ ਸਿੱਖੀ ਪਰਫੁੱਲਤ ਹੋਣੀ ਹੈ ਜਦੋਂ ਗੋਲਕਾਂ ਦੀ ਸਾਰੀ ਲੜਾਈ ਹੈ ਫੇਰ ਕੀ ਕੀਤਾ ਚਲੋ ਇਹ ਗੱਲਬਾਤ ਹੋ ਗਈ ਹੈ ਨਾ ਪੁਲਿਸ ਨੇ ਪੁਲਿਸ ਨੇ ਕਿਹਾ ਵੀ ਬੰਦਾ ਉਹ ਬਾਹਰ ਨਹੀਂ ਆਇਆ ਗ੍ਰੰਥੀ ਹੈ ਨਾ ਤੇ ਇੱਥੇ ਫਿਰ ਫਿਰ ਗੱਲ ਬਹੁਤੀ ਵੱਧ ਗਈ ਤੇ ਹੁਣ ਗੱਲਬਾਤ ਇਹ ਨਿਬੜੀ ਹੈ ਫਿਰ ਅਜੀ ਪਾਜੀ ਕਿ ਉਹ ਕਹਿ ਰਹੇ ਨੇ ਇੱਥੇ ਦੀ ਗਵਰਨਮੈਂਟ ਅੱਛਾ ਕਈ ਬੰਦੇ ਕਹਿਣਗੇ ਕਹਿੰਦੇ ਹੋਣਗੇ ਵੀ ਬਾਹਰ ਤੇ ਬੜਾ ਵਧੀਆ ਸਿਸਟਮ ਹੋਣਾ ਹੈ ਬਾਹਰ ਦੇ ਨਿਜ਼ਾਮ ਹੈ ਨਾ ਕੋਰਟ ਪੁਲਿਸ ਇੱਥੇ ਵੀ ਸਾਰਾ ਕੁਝ ਚੱਲਦਾ ਵੇ ਸਾਰੇ ਮੁਲਕਾਂ 'ਚ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਸਾਰਾ ਕੁਝ ਚੱਲਦਾ ਹੈ ਬਸ ਕਿ ਜੇ ਤੁਸੀਂ ਦਵੋਗੇ ਨਾ ਤੁਸੀਂ ਦਿਹਾੜੀ ਫੈਕਟਰੀ ਕਰਨ ਵਾਲੇ ਬੰਦੇ ਹੋ ਹਨਾ ਸਾਈਕਲ ਚਲਾਣਾ ਵਾਲੇ ਹੋ ਡਿਲੀਵਰੀਆਂ ਕਰਨ ਵਾਲੇ ਅਗਰ ਤੁਸੀਂ ਪੁਲਿਸ ਨੂੰ ਰਿਸ਼ਵਤ ਦਵੋਗੇ ਨਾ 1000 2000 ਪਾਉਂਡ ਦੀ ਜਾਂ ਯੂਰੋ ਦੀ ਜਾਂ ਡਾਲਰ ਦੀ ਨਹੀਂ ਫੜਦੀ ਪੁਲਿਸ ਪੁਲਿਸ ਨੂੰ ਦੋ ਤੋਹੀ ਕੋਈ 15 2000 ਯੂਰੋ ਪੁਲਿਸ ਮੰਨਦੀ ਹੈ ਮਤਲਬ ਕਿ ਵੱਡੇ ਲੈਵਲ ਤੇ ਰਿਸ਼ਵਤ ਚੱਲਦੀ ਮੇਰਾ ਇਹ ਕਹਿਣ ਦਾ ਮਤਲਬ ਹੈ ਤੇ ਚੱਲਦਾ ਇੱਥੇ ਸਾਰਾ ਕੁਝ ਹੈ ਤੇ ਪੁਲਿਸ ਵੀ ਕਿ ਤੈਨਾਂ ਕਿ ਤੇ ਪ੍ਰਧਾਨਾ ਦੀ ਹਾਂ ਜੀ ਹਾਂ ਮਲਾਂਦੀ ਏ ਸਮਝ ਗਿਆ ਗੱਲ ਕਿਉਂਕਿ ਗਫਾ ਚੜਦਾ ਤੈਨੂੰ ਪਤਾ ਫਰੇਜੀ ਪਾ ਜੀ ਤੇ ਦਨੇਸ਼ਨਾ ਦਨੇਸ਼ਨਾ ਤੇ ਮੁੜ ਕੇ ਫੈਸਲਾ ਆਇਆ ਪੁਲਿਸ ਨੇ ਫੈਸਲਾ ਸੁਣਾਇਆ ਕਿ ਇਹ ਵਿਵਾਦਤ ਹੈ ਮੁੱਦਾ ਤੁਸੀਂ ਸੰਗਤ ਵੋਟਾਂ ਪਾਓ ਜਿਹਦੇ ਵੱਲ ਜ਼ਿਆਦਾ ਵੋਟਾਂ ਹੋਈਆਂ ਉਹਦੇ ਹੱਥ ਚ ਗੁਰਦਾਰੇ ਦਾ ਸਾਰਾ ਜ਼ਿੰਮੇਵਾਰੀ ਹੋਵੇਗੀ ਉਹ ਵੋਟਾਂ ਤੇ ਜਿਤਕ ਮਹੀਨਾ ਡੇਢ ਬਾਅਦ ਚ ਪੈਣੀ ਆ ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ ਉਨੇ ਚਿਰ ਕੀ ਕੀਤਾ ਪੁਲਿਸ ਨੇ ਕਿਹਾ ਵੀ ਇੱਥੇ ਨਾ ਤੁਸੀਂ ਲੰਗਰ ਬਣਾਣਾ ਤੇ ਨਾਂ ਇਥੇ ਕੁਝ ਤੁਸੀਂ ਕੋ ਫੰਕਸ਼ਨ ਕਰਨਾ ਹੈ ਚੁੱਪ ਕਰਕੇ ਮੱਥਾ ਟੇਕ ਕੇ ਤੇ ਗੁਰੂ ਘਰੂ ਚੱਲ ਜਾਣਾ ਜਿੰਨੇ ਤੱਕ ਡਿਸਾਈਡ ਨਹੀਂ ਹੁੰਦਾ ਕਿ ਕੌਣ ਪ੍ਰਧਾਨ ਹੈ ਨਵਾਂ ਪ੍ਰਧਾਨ ਕੌਣ ਹੈ ਸੰਗਤ ਨੇ ਕਿਹਾ ਠੀਕ ਹੈ ਅਛਾ ਇਹਨਾਂ ਨੇ ਕਿ ਕੀਤਾ ਪ੍ਰਧਾਨਾਂ ਨੇ ਪ੍ਰਧਾਨਾਂ ਨੇ ਕੀ ਕੀਤਾ ਇਹਨਾਂ ਨੂੰ ਪਤਾ ਹੁਣ ਸੰਗਤ ਘਟ ਆ ਰਹੀ ਹੈ ਹਨਾ ਤੇ ਆਂਦੀ ਸੰਗਤ ਮੱਥਾ ਟੇਕ ਕੇ ਚਲੀ ਜਾਂਦੀ ਏ ਇਹਨਾਂ ਨੇ ਗੋਲਕ ਹੀ ਵਿੱਚ ਲੱਗੀ ਇਹਨਾਂ ਨੇ ਉਹ ਖੋਲ ਕੇ ਨਾ ਤੇ ਵਿੱਚੋਂ ਪੈਸੇ ਕੱਢਨੇ ਸ਼ੁਰੂ ਕਰਤੇ ਉਤੋਂ ਵੇਖ ਲੈ ਇੱਕ ਸਿੰਘ ਨੇ ਪੀਏ ਗੋਲਕ ਤੋੜ ਰਹੇ ਨੇ ਤੇ ਪਤਾ ਇਥੇ WhatsApp ਗਰੁੱਪ ਬਣੇ ਹੁੰਦੇ ਨੇ ਸਾਰਿਆਂ ਦੇ ਗੁਰਦੁਆਰਿਆਂ 'ਚ ਜਿਹੜੇ ਮੁੰਡੇ ਜਾਂਦੇ ਨੇ ਹਣਾ ਡਿਊਟੀਆਂ ਲਾਣ ਉਹਨਾਂ ਨੇ ਕਹਿਤਾ ਵੀ ਪ੍ਰਧਾਨ ਗੋਲਕ ਖੋਲ ਕੇ ਬੈਠੇ ਨੇ ਇਹ ਮੁੰਡਾ ਮੈਸੇਜ ਕਰਕੇ ਨਾ ਗਰੁੱਪ 'ਚ ਤੇ ਪੌੜੀਆਂ ਤੋਂ ਉਤਰ ਰਿਹਾ ਸੀ ਤੇ ਉਹਨਾਂ ਨੇ ਵੇਖ ਲਿਆ ਤੋ ਦੇ ਪਿੱਛੇ ਭੱਜੇ ਬੰਦੇ ਦੇ ਪਿੱਛੇ ਜਿਹਨੇ ਵੇਖ ਲਿਆ ਤੇ ਪ੍ਰਧਾਨਾ ਨੇ ਇਹਨੂੰ ਕੁੱਟਿਆ ਨਾਲ ਇਸ ਮੁੰਡੇ ਦੀ ਫੈਮਿਲੀ ਇੱਕ ਬੱਚਾ 6 ਸਾਲ ਦਾ ਉਸ ਬੱਚੇ ਨੂੰ ਵੀ ਇਹਨਾਂ ਨੇ ਚੱਕ ਕੇ ਮਾਰਿਆ ਪਰ ਸਮਝੇ ਗੱਲ ਤੇ ਪ੍ਰਧਾਨਾ ਨੇ ਇਹਨੂੰ ਕੁੱਟਿਆ ਮੁੰਡੇ ਨੂੰ ਵੀ ਤੂੰ ਕਿਉਂ ਦੱਸਿਆ ਗਰੁੱਪ ਦੇ ਵਿੱਚ ਵੀ ਅਸੀਂ ਗੋਲਕ ਖੋਲ ਕੇ ਤੇ ਮਾਰਕਟਾਈ ਹੋਈ ਵੇਖ ਲੋ ਕਿਦੇ ਪਿੱਛੇ ਗੋਲਕ ਪਿੱਛੇ ਜਦੋਂ ਤੇ ਜਿਹੜੇ ਵੱਡੇ ਵੱਡੇ ਪ੍ਰਧਾਨ ਹੀ ਸਾਡੇ ਇੱਥੇ ਦੇ ਇਟਲੀ ਦੇ ਵੀ ਉਹ ਵੀ ਇਸ ਪ੍ਰਧਾਨਾਂ ਦਾ ਸਾਥ ਦੇ ਰਹੇ ਨੇ ਕਿਉਂਕਿ ਪਤਾ ਹੈ ਨਾ ਜੇ ਇੱਕ ਜਗ੍ਹਾ ਤੇ VOTING ਸ਼ੁਰੂ ਹੋ ਗਈ ਵੀ VOTING ਕਰਕੇ ਪ੍ਰਧਾਨ ਚੇਂਜ ਕਰੋ ਤੇ ਬਾਕੀ ਗੁਰਦਾਰੇ ਵਿੱਚ ਵੀ ਇਹ ਹੋਏਗੀ ਥੋੜੀ ਬੋਤੀ ਲਹਿਰ ਜਿੱਥੇ ਹੋਰ ਵੀ ਗੁਰਦਾਰੇ ਵਿੱਚ ਮਾੜਾ ਮੋਟਾ ਕੋਈ ਕਰਦਾ ਵੇ ਮੈਨੇ ਕਹਿੰਦਾ ਸਾਰੇ ਗੁਰਦਾਰੇ ਇਦਾਂ ਦੇ ਨੇ ਬੜੇ ਚੰਗੇ ਚੰਗੇ ਪ੍ਰਧਾਨ ਵੀ ਨੇ ਇੱਥੇ ਦੇ ਪਰ ਹਨਾ ਕੁਛ ਨਾ ਕੁਛ ਤੇ ਹੁੰਦੇ ਹੀ ਨੇ ਪੰਜੇ ਉਂਗਲਾਂ ਇੱਕ ਵਰਗੀਆਂ ਨਹੀਂ ਹੁੰਦੀਆਂ ਤੇ ਇਹ ਡਰ ਹੈ ਤੇ ਇਹਦੇ ਚ ਐਜੀਪੀਸੀ ਨੂੰ ਵੀ ਦਖਲ ਲੈਣਾ ਚਾਹੀਦਾ ਗੁਰਦਰਿਆਂ ਚ ਕੋਈ ਸਾਡਾ ਚੰਗਾ ਜਥੇਦਾਰ ਆਵੇ ਕੋਈ ਲੀਡਰ ਆਵੇ ਯਾਰ ਸਾਡੀ ਇਸ ਟਾਈਮ ਸਿੱਖਾਂ ਤੇ ਨਾ ਬਹੁਤ ਜ਼ਿਆਦਾ ਵਾਰ ਹੋ ਰਹੇ ਨੇ ਸਾਡੀ ਕੌਮ ਬਹੁਤ ਡੋਨਫਾਲ ਚ ਜਾ ਰਹੀ ਏ ਰਾਜਨੀਤਿਕ ਪਾਸਿਓਂ ਵੀ ਸਾਨੂੰ ਅਟੈਕ ਹੋ ਰਹੇ ਨੇ ਧਾਰਮਿਕ ਪਾਸਿਓਂ ਅਟੈਕ ਹੋ ਰਹੇ ਨੇ ਮਤਲਬ ਹਰ ਪਾਸਿਓਂ ਕੋਈ ਕਹੀ ਜਾਂਦਾ ਖਾਲਿਸਤਾਨੀ ਜਿਦਾ ਇਹ ਪੀ ਢਿੱਲੋਂ ਨੂੰ ਵੇਖ ਲਓ ਕੋਈ ਮੁੱਦਾ ਚੱਕ ਲੋ ਹੁਣ ਅਸੀਂ ਪਿਛਲਾ ਪੌਡਕਾਸਟ ਕੀਤਾ ਫਿਰ ਅਸੀਂ ਭਾਜੀ ਉਹਦੇ ਚਾਹੀ ਕੋਈ ਗੱਲ ਖਾਲਿਸਤਾਨ ਦੀ ਕੀਤੀ ਕੋਈ ਵੀ ਨਹੀਂ ਕੀਤੀ ਨਹੀਂ ਫਿਰ ਵੀ ਸਾਨੂੰ ਕਮੈਂਟ ਕਰਕੇ ਕਹਿਣ ਇਹ ਕਰ ਹਿਆਣੇ ਦਾ ਬੰਦਾ ਹਈ ਮੱਕੀ ਕਮਾ ਚਪੇੜਾ ਮਾਰਾ ਹੁਦੇ ਮੈਨੂੰ ਕਹਵੇ ਖਾਲਿਸਤਾਨ ਖਾਲਿਸਤਾਨ ਲੈ ਵੀ ਅਸੀਂ ਤਾਂ ਗੱਲ ਹੀ ਨਹੀਂ ਕੀਤੀ ਇਹ ਸਾਡੇ ਆ ਲੋਕ ਨੇ ਕੋਈ ਮੁੰਡਾ ਪੰਜਾਬ ਦਾ ਗੱਲ ਕਰ ਲੈਣਾ ਕੋਈ ਇਕੱਠੀ ਨਹੀਂ ਨਾ ਮੈਂ ਕਿ ਆਪਣੀ ਕੋਈ ਇਕੱਠੀ ਨਹੀਂ ਨਾ ਹੈਗੀ ਕੋਈ ਲੀਡਰ ਨਹੀਂ ਹੈਗਾ ਇੱਕ ਨਹੀਂ ਚੁੰਦੇ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ ਕਿ ਯਾਰ ਆਪਾਂ ਸਾਰੇ ਮਸਲੇ ਆਪਣੇ ਹੱਲ ਕਰ ਲਈਏ ਜਿੱਦਾਂ ਆਪਾਂ ਆਪਣਾ ਪਹਿਲਾਂ ਮੀਟ ਵਾਲੀ ਗੱਲ ਕੀਤੀ ਹੈ ਨਾ ਹੁਣ ਭਾਜੀ ਜਦੋਂ ਇਹੋ ਜਿਹੇ ਮਸਲੇ ਆ ਜਾਂਦੇ ਨੇ ਫਿਰ ਬੰਦਾ ਕਿ ਆਪਣੇ ਨੂੰ ਇਹੋ ਜਿਹੇ ਮਸਲੇ ਚ ਉਲਝਾ ਦਿੰਦੇ ਨੇ ਕੋਈ ਵੱਡੇ ਮਸਲੇ ਆਪਣੇ ਕੌਮ ਦੇ ਬੜੇ ਹੀ ਰੇ ਯਾਰ ਬੜੇ ਨੇ ਉਹਨਾਂ ਤੇ ਕਿ ਸੋਚਣ ਦਾ ਮੌਕਾ ਹੀ ਨਹੀਂ ਦਿੰਦੇ ਹਾਂ ਅੱਛਾ ਕਿ ਟਿਕਟੋਕ ਤੇ ਟਿਕਟੋਕ ਤੇ ਗੱਲਬਾਤ ਇਹ ਵੇ ਕਿ ਪ੍ਰਧਾਨਾ ਨੇ ਪ੍ਰਧਾਨਗੀ ਨਹੀਂ ਛੱਡ ਰਹੀ ਇਸ ਕਰਕੇ ਗੁਰਦਾਰੇ 'ਚ ਲੜਾਈਆਂ ਲੜੁਈਆਂ ਆ ਰਹੀਆਂ ਨੇ ਗੱਲਬਾਤ ਇਹ ਤੁਹਾਨੂੰ ਸਮਝ ਆ ਗਈ ਸਾਰਿਆਂ ਨੂੰ ਵੀ ਗੋਲਕ ਦਾ ਮਸਲਾ ਹੈ ਕਿ ਪ੍ਰਧਾਨ ਦਾ ਮਸਲਾ ਹੈ ਠੀਕ ਹੈ ਹੁਣ ਇੱਕ ਜਨਾਨੀ ਵੇ ਟਿਕਟੋਕ ਤੇ ਨੈਂਸੀ ਗਰੇਵਾਲ ਉਹ ਕੀ ਵੀਡੀਓ ਪਾ ਰਹੀ ਇਟਲੀ ਦੇ ਗੁਰਦਾਰੇ ਦੇ ਕਲਿੱਪ ਚੱਕ ਕੇ ਨੇ ਪਤਾ ਕੀ ਵੀਡੀਓ ਪਾ ਰਹੀ ਥਲੇ ਟੈਗ ਕਰਦੀ ਵੀ ਬਹੁਤ ਮਾੜਾ ਹਾਲ ਕਰਤਾ ਖਾਲਿਸਤਾਨੀ ਕੁੱਤਿਆਂ ਨੇ ਵੀ ਚੋਂ ਖਾਲਿਸਤਾਨੀ ਕਿੱਥੋਂ ਆ ਗਏ ਇਹ ਗਾਲਤ ਗੋਰਦਰ ਦੇ ਪ੍ਰਧਾਨ ਕੀ ਦੀ ਹੋ ਰਹੀ ਚ ਖਾਲਿਸਤਾਨ ਦਾ ਕੀ ਲੈਣਾ ਦੇਣਾ ਬਈ ਯਾਰ ਪਾਗਲਾਂ ਕੀ ਇਹ ਇਦਾਂ फडਕਾ ਦੇਣਾ ਯਾਰ ਸਾਡੇ ਲੋਕਾਂ ਨੂੰ ਨਾ ਮੁੱਦਿਆਂ ਤੋਂ फडਕਾਉਂਦੇ ਨੇ ਵੀ ਅੱਤਵਾਦੀ ਨੇ ਸਾਡੇ ਬੰਦੇ ਹੀ ਨੰਸੀ ਗਰੇਵਾਲ ਹੋਣਾ ਸਰਦਾਰਾਂ ਦੀ ਕੁੜੀ ਹੋਏਗੀ ਵੇਖ ਲੋ ਆ ਧਿਆਲ ਯਾਰ ਆਪਣੇ ਬੰਦੇ ਹੀ ਯਾਰ ਜਿਹੜਾ ਕੀ ਕਹਵੇ ਬਹੁਤ ਮਾੜੇ ਹਾਲ ਚੱਲ ਰਹੇ ਨੇ ਅਸੀਂ ਤੇ ਇਹੀ ਉਮੀਦ ਕਰਦੇ ਆ ਸਾਰਾ ਕੁਝ ਠੀਕ ਹੋਵੇ ਤੇ 25 ਤਰੀਕ ਨੂੰ ਮਸਤਾਨੇ ਫਿਲਮ ਵੇਖਣ ਜਾਇਓ ਆਪਣੇ ਬੱਚਿਆਂ ਨੂੰ ਦਿਖਾਇਓ ਕੋਕੋ ਇਤਿਹਾਸ ਨਾਲ ਜੁੜੀ ਏ ਮੈਂ ਤੇ ਵੈਸੇ ਨਾਦਰ ਸ਼ਾਹ ਬਾਰੇ ਵੀ ਦੱਸਣਾ ਸੀ ਕਿ ਨਾਦਰ ਸ਼ਾਹ ਕਿਵੇਂ ਨਾਦਰ ਸ਼ਾਹ ਬਣਿਆ ਉਹ ਪਾ ਅਗਲੇ ਪੋਡਕਾਸਟ ਤੇ ਦੱਸਾਂਗੇ ਉਦ ਤੱਕ ਫਿਲਮ ਆ ਗਈ ਹੋਣੀ ਏ ਲੰਬਾ ਰਹਿਣਾ ਪੋਡਕਾਸਟ ਏ ਬੜਾ ਉਹ ਜੋ ਇੱਥੇ ਪਾਇਆ ਆਪਾਂ ਤੇ ਇਹੀ ਗੱਲ ਹੈ ਤੇ ਬਾਕੀ ਭਾਜੀ ਹਾਂ ਬਿਲਕੁਲ ਆ ਨੈਂਸੀ ਤਾਂ ਇਧਰ ਤੇ ਇੱਥੇ ਦੇ ਗੁਰੂ ਘਰਾਂ ਬਾਰੇ ਵੀ ਬਹੁਤ ਕੁਝ ਬਕਵਾਸ ਕਰਦੀ ਆ ਸਾਰਾ ਦਿਨ ਤੇ ਦਫਾ ਕਰੋ ਉਹਨੂੰ ਤੇ ਇਦਾਂ ਆਪਾਂ ਕਰਦੇ ਆ ਪੋਡਕਾਸਟ ਦਾ ਐਂਡ ਹਨਾ ਤੇ ਕੋਈ ਕੋਈ ਹੋਰ ਗੱਲਬਾਤ ਹੈਗੀ ਕਿ ਨਹੀਂ ਹੈਗੀ ਨਹੀਂ ਫਿਰ ਅੱਛੀ ਭਾਜੀ ਕੋਈ ਫਿਲਹਾਲ ਗੱਲਬਾਤ ਨਹੀਂ ਆ ਅਗਲੇ ਪੋਡਕਾਸ ਇਤਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਜੀ ਤੁਹਾਨੂੰ ਅਗਲੇ ਪੋਡਕਾਸਟ ਔਰ ਤੱਕਰਲੀ ਖੁਸ਼ ਰਹੋ ਆਬਾਦ ਰਹੋ ਤੇ ਸਤਿ ਸ੍ਰੀ ਅਕਾਲ